ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਜਿਹੜੀ ਆਈ ਸੀ ਪਸੰਦ ਪੜਦੀ ਸੀ ਉਹ ਹੁਣ ਦੇਖ ਦੇਖ ਮਚੇ ਜਿਹੜੀ ਕਹਿੰਦੀ ਸੀ ਗੱਲ ਨਹੀਂ ਉਹ ਕਰਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਲੈ ਕੇ ਹਾਜ਼ਰ ਹੋ ਚੁੱਕੇ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਜਿਹਦਾ ਨਾਮ ਹੈ ਜੀ ਕੰਟੀਨੀ ਕੰਟੀਨੀ। ਉਹ ਬੱਲੇ ਬੱਲੇ ਬੱਲੇ, ਉੱਤੋਂ ਰੰਗ ਕਾਲਾ ਉੱਤੋਂ ਐਨਕਾਂ ਨੀਲੀਆਂ। ਬਹੁਤ ਬਹੁਤ ਫੱਬ ਰਹੇ ਹੋ ਬਾਈ ਜੀ, ਬਹੁਤ ਫੱਬ ਰਹੇ ਹੋ। ਚਲੋ ਜੀ, ਅੱਜ ਅਸੀਂ ਹੈਗੇ ਹਾਂ ਜੀ ਅਰਲੀ ਯੂਨੀਵਰਸਿਟੀ ਦੇ ਵਿੱਚ, ਜਿਹੜਾ ਕਿ ਹਿਮਾਚਲ ਦੇ ਵਿੱਚ ਪੈਂਦਾ ਇੰਦੌਰਾ। ਇੰਦੌਰਾ ਜੀ ਹਾਂਜੀ, ਕਾਠਗੜ੍ਹ ਤੁਹਾਡਾ ਸ਼ੋਅ ਤੁਹਾਡੇ ਕਹਿਣ ਤੇ ਚੱਲੂ। ਕਾਠਗੜ੍ਹ ਦੇ ਵਿੱਚ ਪੈਂਦਾ ਜੀ, ਪਠਾਨਕੋਟ ਤੋਂ 15-20 ਕਿਲੋਮੀਟਰ ਦੂਰ ਹੈ। ਸੋ ਕੰਟੀਨੀ ਮਨੀਰੀ ਇਜ਼ ਪ੍ਰੈਜ਼ੈਂਟ ਬਾਏ ਪਿਓਰ ਰੂਟਸ ਗੋਲਡ ਕਰੀਮ ਬਲੀਚ, ਤੇ ਕਰਦੇ ਹਾਂ ਜੀ ਸ਼ੁਰੂ ਗੱਲਬਾਤ। ਆਓ ਜੀ, ਕੀ ਨਾਂ ਹੈ ਤੁਹਾਡਾ? ਅੰਚਲ। ਮੇਰਾ ਪਿੰਡ ਨਾ ਇੱਧਰ ਪੈਂਦਾ ਗੁਰਦਾਸਪੁਰ ਵਾਲੇ ਪਾਸੇ। ਸ਼ਹਿਰਾਂ ਦੇ ਵਿੱਚ ਜਦੋਂ ਮਿਠਾਈ ਰੱਖਦੇ ਆ ਨਾ, ਉਹ ਦੋ ਤਰ੍ਹਾਂ ਦੀ ਮਿਠਾਈ ਰੱਖਦੇ ਆ, ਇੱਕ ਤਾਂ ਰਸਗੁੱਲਾ, ਇੱਕ ਗੁਲਾਬ ਜਾਮਣ। ਇਹ ਉਹ ਨਹੀਂ ਹੈਗਾ ਪਿੰਡਾਂ 'ਚ, ਇੱਕ ਤੀਜੀ ਮਿਠਾਈ ਹੁੰਦੀ ਹੈ ਗੁਲਾਬੀ ਰੰਗ ਦਾ ਰਸਗੁੱਲਾ, ਵਿੱਚ ਚਿੱਟਾ ਜਿਹਾ ਕੱਟ ਜਿਹਾ ਪਾਇਆ ਹੁੰਦੀ ਹੈ ਨਾ, ਕੀ ਚਮ 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 ਚਮ, ਇਹ ਚਮ ਚਮ ਹੈ। ਕਿਆ ਨਾਮ ਹੈ? ਅੰਚਲ। ਅੰਚਲ ਜੀ, ਪਰਿਵਾਰ 'ਚ ਕੌਣ ਕੌਣ ਹੈ? ਮੰਮਾ ਪਾਪਾ ਦਾਦੀ। ਓਕੇ, ਭੈਣ ਭਰਾ? ਨਹੀਂ, ਇਕੱਲੇ ਇਕੱਲੇ। ਓਕੇ ਓਕੇ, ਇਕੱਲਾ ਹੀ ਚਮ ਚਮ ਸਾਹਮਣਾ ਔਖਾ ਹੈ। ਸ਼ੌਂਕ ਕੀ ਹੈ ਗਾਉਣ ਦਾ, ਕੋਈ ਸ਼ਾਇਰੋ ਸ਼ਾਇਰੀ? ਸਿੰਗਿੰਗ। ਸਿੰਗਿੰਗ। ਮੈਂ ਜਦੋਂ ਤੇਰੇ ਖੁਆਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬਨਾਨਾ ਮੇਰੇ ਤੋਂ ਜਾਵੇ ਮੁਰਿਆ, ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ, ਜਾ ਕੇ ਪੁੱਛ ਲੈ ਗਵਾ ਨੇ ਤਾਰੇ ਅੜੀਏ, ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ, ਜੋ ਤਾਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ। ਆਲੋ ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਹੈਂਪਰ, ਖੁਸ਼ ਰਹੋ, ਬਾਬੇ ਤਰੱਕੀ ਦੇਣ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਭਲਵਾਨ ਜੀ? ਬਹੁਤ ਵਧੀਆ। ਅੱਛਾ, ਕਿੱਦਾਂ ਦੇ ਆਉਂਦੇ ਨੇ ਨਾ, ਪਹਿਲਾਂ ਐਡਾ ਤਕੜਾ ਬੰਦਾ, ਦੂਜੀ ਜਮਾ ਹੀ ਉਹ ਨਾਰਮਲ। ਕਿੱਧਰ ਗਏ ਮੇਰੇ ਵਰਗੇ, ਕਿੱਥੇ ਪਤਲੇ ਤੋਂ? ਹਾਂ ਸਾਦਾ। ਹੋਰ ਸੁਣਾਓ? ਬਸ ਬੜਿਆ। ਕੀ ਨਾਂ ਤੁਹਾਡਾ? ਤਮੰਨਾ। ਤਮੰਨਾ, ਕਿੱਥੇ ਰਹਿੰਦੇ ਹੋ? ਹਮੀਰਪੁਰ। ਹਮੀਰਪੁਰ, ਹਾਂਜੀ, ਹਿਮਾਚਲ ਦੇ ਵਿੱਚ। ਹਾਂਜੀ। ਤੇ ਇੱਥੋਂ ਕਿੰਨਾ ਚਿਰ ਲੱਗਦਾ ਹਮੀਰਪੁਰ ਜਾਣ ਲੱਗਿਆ? ਵੈਸੇ ਤਾਂ 5 ਆਵਰਸ ਲੱਗਦੇ ਆ। ਵੈਸੇ 5 ਐਸੇ ਕਿਵੇਂ? ਵੈਸੇ 5 ਆਵਰਸ ਲੱਗਦੇ ਆ, ਐਸੇ ਪਤਾ ਨਹੀਂ ਕਿਤਨੇ ਲੱਗਦੇ ਆ, ਐਸੇ ਕਿਤਨੇ ਲੱਗਦੇ ਆ, ਨਹੀਂ ਬਤਾਓ। ਨਹੀਂ, ਮੈਂ ਆਪਣੇ ਮਾਮੂ ਜੀ ਕੇ ਯਹਾਂ ਰਹਿਤੀ ਹੂੰ, ਤੋ ਵਹਾਂ ਏਕ ਆਵਰ ਲੱਗਤਾ ਹੈ, ਬਣਾ ਲੱਗਤਾ ਹੈ। ਅੱਛਾ, ਯਹਾਂ ਮਾਮੂ ਜੀ ਕੇ ਪਾਸ ਰਹਿਤੇ ਹੋ? ਮਾਮੂ ਜੀ ਕਿਆ ਕਰਤੇ ਹੈ? ਉਨਕਾ ਬਿਜ਼ਨਸ ਹੈ ਆਪਣਾ, ਇਲੈਕਟ੍ਰੀਸ਼ਨ। ਓਕੇ ਓਕੇ, ਮਾਮੂ ਜੀ ਕੋ ਤੰਗ ਕਰ ਰਹੇ ਹੋ ਅੱਜ ਕੱਲ? ਹੈਂ, ਮੈਂ ਤੰਗ ਨਹੀਂ ਕਰਤੀ। ਤੰਗ ਨਹੀਂ ਕਰਤੀ? ਹੋਰ ਤੁਹਾਡਾ ਸ਼ੌਂਕ ਜੀ? ਡਾਂਸਿੰਗ। ਹੈਂਜੀ, ਡਾਂਸਿੰਗ। ਅੱਛਾ, ਡਾਂਸਿੰਗ ਕਰਕੇ ਦਿਖਾਓਗੇ ਜੀ ਡਾਂਸ ਸਾਨੂੰ? ਬਿਲਕੁਲ। ਓਕੇ ਓਕੇ, ਵਧੀਆ ਜੀ ਵਧੀਆ, ਮਾਮੇ ਦੇਖ ਰਹੇ ਹੋਣਗੇ ਵੀ ਭਾਣ ਜੀ ਕਮਾਲ ਕਰ ਰਹੀ ਹੈ। ਤੁਹਾਨੂੰ ਗਿਫਟ ਹੈਂਪਰ ਗੋਲਡ ਕਰੀਮ ਬਲੀਚ, ਖੁਸ਼ ਰਹੋ। ਤੇ ਨਵਨੀਤ ਨੂੰ ਹੈਂਜੀ, ਖਾਤੇ ਖਾਤੇ ਵਿੱਚ ਰਹੋ, ਖਾਤੇ ਵਿੱਚ ਰਹੋ, ਸਿਆਣੀ ਹੈ ਕੁੜੀ। ਪਰ ਤੁਸੀਂ ਡਾਂਸ ਬਹੁਤ ਵਧੀਆ ਕੀਤਾ ਜੀ। ਥੈਂਕ ਯੂ, ਥੈਂਕ ਯੂ ਸੋ ਮਚ। ਖੜੋ ਜੀ, ਖੜੋ, ਖੜੋ, ਖੜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਸੰਨੀ। ਸੰਨੀ, ਕਿੱਥੇ ਰਹਿੰਦੇ ਹੋ? ਇੰਦੌਰੇ। ਇੰਦੌਰੇ ਜੀ, ਹਾਂਜੀ। ਘਰ ਪਰਿਵਾਰ ਇੱਥੇ ਹੀ? ਹਾਂਜੀ। ਹੋਰ ਸ਼ੌਂਕ? ਸ਼ੌਂਕ ਬੜੇ ਆ। ਸ਼ੌਂਕ ਬੜੇ ਆ ਕਹਿੰਦਾ, ਕਿਹੜੇ ਕਿਹੜੇ ਆ? ਬੜੇ ਬੜਿਆਂ 'ਚ ਕੀ ਕੁਛ ਆਉਂਦਾ? ਬੜਿਆਂ 'ਚ ਯੂਨੀਵਰਸਿਟੀ ਖਰੀਦਣੀ ਬਸ। ਯੂਨੀਵਰਸਿਟੀ ਖਰੀਦਣੀ ਹੈ, ਬਹੁਤ ਵਧੀਆ। ਅੱਛਾ, ਹੋਰ ਗਾਉਣ ਦਾ ਸ਼ੌਂਕ? ਹਾਂਜੀ, ਆਪਣਾ ਲਿਖਦਾ ਗਾਣਾ। ਸੁਣਾਓ ਸੁਣਾਓ ਸੁਣਾਓ। ਮੈਂ ਜਿਨ੍ਹਾਂ ਦਾ ਲੈਕਚਰ ਲਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ। ਮੈਂ ਜਿਹੜੀ ਕੁੜੀ ਫਸਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ। ਐਚਓਡੀ ਸਰ ਨੇ ਬਹੁਤ ਸਤਾਇਆ, ਜਿੱਥੇ ਟਕਰਿਆ ਉੱਥੇ ਢਾਇਆ। ਕਹਿੰਦਾ ਕਾਕਾ ਕੁੜੀਆਂ ਛੇੜੇ, ਕੰਮ ਤੇਰਾ ਨੀ ਮੈਨੂੰ ਲੋਟ ਆਇਆ। ਥੈਂਕ ਯੂ ਸੋ ਮਚ। ਧੂਪ ਜ਼ਿਆਦਾ ਹੈ ਨਾ, ਤੋ ਪਹਿਲੇ ਹੀ ਸ਼ੁਰੂਆਤ ਕਰ ਲੈਂਦੇ। ਜ਼ਿਆਦਾ ਹੈ? ਹਾਂ, ਲੱਗ ਨਹੀਂ ਰਹੀ ਸਾਨੂੰ। ਕਿੱਥੇ ਰਹਿੰਦੇ ਹੋ? ਜੰਮੂ ਤੋਂ। ਜੰਮੂ ਤੋਂ? ਕੀ ਨਾਂ ਤੁਹਾਡਾ? ਰੁਕਸਾਨਾ। ਹਾਂਜੀ, ਰੁਕਸਾਨਾ। ਰੁਕਸਾਨਾ, ਓਕੇ, ਕੀ ਆਇਆ ਸੁਣਾਣਾ? ਕੁਝ ਸੁਣਾਣਾ ਜਾਂ ਡਾਂਸ ਕਰਕੇ ਦਿਖਾਣਾ? ਬੋਲੋ ਰੁਕਸਾਨਾ।
मुझे लगता है ये लगाएगी कोई बहाना। अच्छा ये जो पहना है ये क्या है? आपको क्या लग रहा है? मुझे तो बस जहाँ तो जीन का पता है, जहाँ मुझे सलवार का पता है, ये पता नहीं लग रहा। मेरी मम्मा ने गिफ्ट किया था। क्या कहते हैं? लॉन्ग में कुर्ती दे दो। लॉन्ग में कुर्ती? हाँ। अच्छा अच्छा, ओके ओके ओके, मेरे तो ये ना लगे लॉन्ग में कुर्ती दे दो। दुकान में जाके वो मिलेंगी क्या आपको? अच्छा लॉन्ग में कुर्ती जी। हाँ। चलो बहुत बढ़िया बहुत बढ़िया। सुनाओ जी गाना सुनाओ लगे। हमको मिली है आज ये घड़ियां नसीब से, जी भर के देख लीजिए हमको करीब से, फिर आपके नसीब में ये बात हो ना हो, शायद फिर से जन्म काफी दिल दिख रही है, काफी दिल दिख रही मुलाकात हो ना हो। थैंक यू। मुझे डांस भी करना और आपके साथ करना। अच्छा हम रोन तो बाद नचना भी है नहीं? हाँ बिल्कुल। ओके ओके ओके। ਜਿੱਦਾਂ ਹੀ ਸਾਹਮਣੇ ਦੇਖਿਆ ਏਦਾਂ ਪਿੱਛੋਂ ਖੜੀ ਏਦਾਂ ਕਰਕੇ ਬਾਲ ਸਟੇਟ ਰੰਗ ਕਰਾਇਆ
ਰੰਗ ਕਰਾਏ ਦਾ ਹੁੰਦਾ ਨਾ ਕਿਹੜਾ ਰੰਗ ਕਰਾਏ ਦਾ ਲਾਲ ਪੀਲਾ ਦਾ ਕਰਾਦਾ ਮੇਰੇ ਕੋਲ ਦਾ ਉਹ ਪੇਂਟ ਜਾ ਮਾਰੇ ਦਾ ਹਾਂ ਮੈਂ ਦੇਖਿਆ ਮੈਂ ਕਿਹਾ ਯਾਰ ਬਾਂਦਰਾ ਜਾ ਤੇਰੇ ਨਾਲ ਇੰਨੀ ਸੋਹਣੀ ਕੁੜੀ ਤਾਂ ਸੈੱਟ ਹੋ ਗਈ ਪਿੱਛੋਂ ਪਿੱਛੋਂ ਬਾਹਰ ਦੇਖ ਕੇ ਕਹਿਤਾ ਤੂੰ ਜੀਨ ਪਾਈ ਦੀ ਕੁੜੀ ਜਮਾ ਹੀ ਬੰਬ ਅੱਛਾ ਹਜੇ ਤੂੰ ਮੂੰਹ ਨਹੀਂ ਦੇਖਿਆ ਬਸ ਐ ਬਾਲਾ ਬੂਲਾ ਐਸਟੀਮੇਟ ਲਾ ਲਿਆ ਜੀ ਪੂਰਾ 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 ਮੈਨੂੰ ਲੱਗਿਆ ਵੀ ਯਾਰ ਸੁੰਡੀ ਇੰਨੀ ਸੋਹਣੀ ਇੰਨੀ ਸੋਹਣੀ ਮੈਂ ਕਿਹਾ ਹੱਦੂ ਲਾਂ ਤੇ ਹਟ ਜੰਮਣ ਦੇ ਤੇ ਜਿੱਦਾਂ ਹੀ ਕੁੜੀ ਨੇ ਪਿੱਛੇ ਨੂੰ ਮੂੰਹ ਕੀਤਾ ਨਾ ਸ਼ੇਰਾ ਦੀ ਮਾਤਾ ਜੀ ਸੌਂ ਮੈਂ ਅੱਜ ਤੱਕ ਉਲਟੀ ਨਹੀਂ ਮਾਰੀ ਭਾਈ ਪਹਿਲੀ ਵਾਰੀ ਮੈਨੂੰ ਉਲਟੀ ਆਈ ਪਹਿਲੀ ਵਾਰ ਜ਼ਿੰਦਗੀ 'ਚ ਉਲਟੀ ਆਈ ਪਹਿਲੀ ਵਾਰੀ ਉਲਟੀ ਆਈ ਉਦੋਂ ਕੁੜੀ ਦਾ ਦੰਦ ਬਾਹਰ ਨੂੰ ਮੈਂ ਕਿਹਾ ਯਾਰ ਬਾਕੀ ਗੱਲਾਂ ਠੀਕ ਹੈ ਭਾਬੀ ਖਾਣ ਤਾਂ ਨਹੀਂ ਪੈਂਦੀ ਬਾਕੀ ਰਹੀ ਮਾਸਟਰਾਂ ਦੀ ਗੱਲ ਭਾਈ ਮੈਨੂੰ ਨਾ ਮਾਸਟਰਾਂ ਦੇ ਨਾ ਗੁੱਸਾ ਆਉਂਦਾ ਨਾ ਕਈ ਵਾਰੀ ਮੈਂ ਕਹਿੰਦਾ ਮਾਸਟਰ ਬਿਲਕੁਲ ਗਲਤ ਪੜ੍ਹਾਉਂਦੇ ਆ ਕਿਵੇਂ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਆਉਣੀ ਵੀ ਨਹੀਂ ਆਉਣੀ ਨਹੀਂ ਇਹ ਸਾਡਾ ਜਨਮ ਸਿੱਧ ਅਧਿਕਾਰ ਆ ਠੀਕ ਆ ਇਹ ਨਹੀਂ ਆਉਣੀ ਹਾਂਜੀ ਇਹ ਤਾਂ ਅੰਗਰੇਜ਼ ਫਾਹਾ ਦੇ ਗਏ ਹਾਂਜੀ ਆਪ ਚੱਲ ਗਏ ਅੰਗਰੇਜ਼ੀ ਛੱਡ ਗਏ ਆ ਤੇ ਸਾਨੂੰ ਕਹਿੰਦੇ ਪੁੱਤਰ ਤੁਸੀਂ ਅੰਗਰੇਜ਼ੀ ਸਿੱਖਣੀ ਆ ਨਾ ਅੰਗਰੇਜ਼ੀ ਵਾਲੀਆਂ ਫਿਲਮਾਂ ਦੇਖੋ ਤੇ ਨਿਊਜ਼ ਪੇਪਰ ਪੜ੍ਹੋ ਤੇ ਵਿਊਨ ਪੜ੍ਹੋ ਠੀਕ ਆ ਜੀ ਟ੍ਰਿਬਿਊਨ ਪੜ੍ਹ ਲਈ ਟ੍ਰਿਬਿਊਨ ਪੜ੍ਹ ਲਈ ਨਹੀਂ ਫਿਲਮਾਂ ਵੀ ਦੇਖੀਆਂ ਨਹੀਂ ਗੱਲ ਸੁਣੋ ਮੈਂ ਫਿਲਮਾਂ ਵੀ ਦੇਖੀਆਂ ਸ਼ੇਰਾਂ ਵਾਲੀ ਮਾਤਾ ਜੀ ਸੋ ਅੰਗਰੇਜ਼ੀ ਤੇ ਨਹੀਂ ਆਈ ਪਰ ਕੁਛ ਹੋਰ ਹੀ ਸਿੱਖ ਗਿਆ ਚੰਗਾ ਆਓ ਜੀ ਆਓ ਆਓ ਹੈਲੋ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮਾਈਸੈਲਫ ਪ੍ਰਿਆ ਅੱਛਾ ਅੱਛਾ ਅੰਗਰੇਜ਼ੀ ਵੀ ਆ ਰਹੀ ਹੈ ਕਿੱਥੇ ਰਹਿੰਦੇ ਹੋ ਨੂਰਪੁਰ ਨੂਰਪੁਰ ਕਿੰਨੇ ਕਿਲੋਮੀਟਰ ਇੱਥੋਂ 40 ਅਪਰੋਕਸੀਮੇਟ ਕੀ ਸ਼ੌਂਕ ਹੈ ਤੁਹਾਡੇ ਬਹੁਤ ਜ਼ਿਆਦਾ ਹੈ ਕੌਣ ਕੌਣ ਸੇ ਐਂਕਰਿੰਗ ਡਾਂਸਿੰਗ ਸਿੰਗਿੰਗ ਓਕੇ ਐ ਫਿਰ ਤੁਸੀਂ ਹੁਣ ਕੰਟੀਨੀ ਮੰਡੀਰ ਤੁਸੀਂ ਕਰਨਾ ਨਹੀਂ ਕੰਟੀਨੀ ਮੰਡੀਰ ਨਹੀਂ ਮੈਂ ਖੁਦ ਸੇ ਕਰੂੰਗੀ ਨਹੀਂ ਨਹੀਂ ਤੁਸੀਂ ਕੰਟੀਨੀ ਮੰਡੀਰ ਕਰਨਾ ਤੁਹਾਡਾ ਕੀ ਨਾਮ ਹੈ ਪ੍ਰਿਆ ਮੈਂ ਪ੍ਰਿਆ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਵੈਲਕਮ ਯੂ ਆਲ ਇੰਨੀ ਅੰਗਰੇਜ਼ੀ ਤਾਂ ਮੈਂ ਇਕੱਠੀ ਕਦੇ ਨਹੀਂ ਬੋਲੀ ਚੱਲ ਮੇਰੇ ਵਨੀਤ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਵੈਲਕਮ ਯੂ ਆਲ ਇਨ ਦ ਆਰਨੀ ਯੂਨੀਵਰਸਿਟੀ बात करते हैं प्रिया से आइए क्या नाम है आपका Myself Priya, I am from Noorpur. क्या शौक है आपके काफी हैं मेन वाला कौन सा है मेन वाला कौन सा मेन वाला एंकरिंग डांसिंग मैंने ऐसे नहीं बोला था एंकरिंग डांसिंग सिंगिंग अच्छा आप क्या करेंगे एंकरिंग करूंगा गाना होगा गाना हां जी गाना सुनाओ फिर तू वादा ਕੀਤਾ ਸੀ ਕਿ ਜਿੰਦ ਤੇਰੀ ਖੁਸ਼ੀਆਂ ਨਾਲ ਪਰ ਦੋ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਤਰ ਦੋ ਕਿ ਦੱਸ ਮਜਬੂਰੀ ਪੈ ਗਈ ਆ ਬਹੁਤ ਵਧੀਆ ਪੁੱਤ ਬਹੁਤ ਵਧੀਆ ਖੁਸ਼ ਰਹੋ ਤੇ ਹਾਂਜੀ ਬਹੁਤ ਬੜੀ ਸੁੰਦਰ ਹੈ ਅੱਛਾ ਘੜੀ ਬਹੁਤ ਸੁੰਦਰ ਹੈ ਓਕੇ ਓਕੇ ਇਹਨੇ ਇਹ ਨਹੀਂ ਕਿਹਾ ਵੀ ਆਪ ਅੱਛਾ ਬੋਲ ਲੈਤੇ ਹੋ ਜਾਂ ਬਾਈ ਬਾਈ ਠੀਕ ਹੈ ਵਾਚ ਬੜੀ ਸੁੰਦਰ ਹੈ ਜਿਵੇਂ ਵੱਡਾ ਕਲਾਕਾਰ ਕਹਿੰਦੇ ਹੁੰਦੇ ਨਾ ਅੱਛਾ ਸੁੰਦਰ ਲੱਗੀ ਤੂੰ ਮੈਂ ਵੀ ਦੇ ਦਿੱਤਾ ਹੂੰ ਮੈਂ ਨਹੀਂ ਕਰਦਾ ਜਿਹੜੇ ਵੱਡੇ ਕਲਾਕਾਰ ਐਂ ਦਿੰਦੇ ਨਾ ਵੀ ਉਹ ਘਰੇ ਆ ਕੇ ਸੋਚਦੇ ਹੋਣਗੇ ਯਾਰ ਉਹ ਆਈ ਸੀ ਇੱਕ ਘੜੀ ਲੈ ਘੜੀ ਸੋਹਣੀ ਹੈ ਨਾ ਬਸ ਦੂਰ ਖੜ ਕੇ ਦੇਖੋ 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 ਮੇਰਾ ਪੁੱਤ ਸ਼ਾਬਾਸ਼ ਲੱਗ ਰਹੀ ਹੈ ਸੋਹਣੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਵੀਰੇ ਜਸਕਰਨ ਮੇਰਾ ਨਾਮ ਹੈ ਓਕੇ ਜੀ ਬਹੁਤ ਸੋਹਣੀ ਲੱਗ ਰਹੀ ਹੋ ਸੋਹਣੀ ਪੱਗ ਤੁਹਾਡੀ ਸੋਹਣੀ ਦਸਤਾਰ ਤੁਸੀਂ ਸਜਾਈ ਹੋਈ ਹੈ ਕਿੱਥੇ ਰਹਿੰਦੇ ਹੋ ਮੈਂ ਤਲਵਾੜੇ ਰਹਿਣਾ ਡਿਸਟ੍ਰਿਕਟ ਹੁਸ਼ਿਆਰਪੁਰ ਅੱਛਾ ਭਾਈ ਜਦੋਂ ਛੋਟੇ ਹੁੰਦੇ ਆ ਹਾਂਜੀ ਜੀ ਤੁਹਾਨੂੰ ਡੈਡ ਤੋਂ ਝਿੜਕਾਂ ਪੈਂਦੀਆਂ ਸੀਗੀਆਂ ਬਹੁਤ ਜੀ ਮੰਮੀ ਬਚਾਉਂਦੇ ਸੀ ਵੀ ਬਹੁਤ ਜੀ ਤੁਸੀਂ ਆਓ ਭਾਈ ਤੁਹਾਡਾ ਕੀ ਨਾਮ ਹੈ ਜਸਕਰਨ ਜਸਕਰਨ ਤੁਸੀਂ ਜਸਕਰਨ ਦੇ ਡੈਡੀ ਮੈਂ ਜਸਕਰਨ ਦੀ ਮੰਮੀ ਇਹ ਜਸਕਰਨ ਠੀਕ ਹੈ ਜੀ ਤੁਸੀਂ ਇਹਨੂੰ ਝਿੜਕਾਂ ਮਾਰਦੇ ਵੇਸ ਗਏ ਹਨਾ ਮੈਂ ਬਚਾ ਲਿਆ ਵੀ ਨਹੀਂ ਪੁੱਤ ਨੂੰ ਕੁਝ ਨਹੀਂ ਕਹਿ ਦੇਣਾ ਓਏ ਕੀ ਗੱਲ ਹੈ ਕੀ ਹੈ ਤੈਨੂੰ ਕੀ ਹੈ ਉਹ ਜੱਗ ਦੀ ਗੱਲਾਂ ਕਰਦਾ ਪਿਆ ਪਰੇ ਪਰੇ ਹੋ ਜਾ ਮੈਂ ਕਰ ਲੈਣਾ ਸੀ ਆਹ ਚੱਕਰ ਗਿਆ ਹੁਣ ਤੇਰਾ ਪੇ ਮੈਂ ਹੀ ਆ ਮੰਮੀ ਨੂੰ ਪੁੱਛ ਕੋ ਨਾ ਉਹ ਹੈਗਾ ਤੇ ਇਹੀ ਹੈ ਸਾਲਿਆ ਠੀਕ ਨਾ ਵਾਰ ਮੈਂ ਦੇਣੀ ਨਹੀਂ ਸਰ ਕੋਈ ਗੱਲ ਨੀ ਚਲੋ 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 ਸ਼ਾਬਾਸ਼ ਖੜੋ ਐਂ ਬਸ ਐਂ ਪਿਆਰ ਹੀ ਹੁੰਦਾ ਸਭ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਸਤਿ ਸ਼੍ਰੀ ਅਕਾਲ ਬਾਬਾ ਜੀ ਫੇਰ ਸਤਿ ਸ਼੍ਰੀ ਅਕਾਲ ਜੀ ਫੇਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪਲਵਿੰਦਰ ਸਿੰਘ ਕਿੱਥੇ ਰਹਿੰਦੇ ਹੋ ਗੁਰਦਾਸਪੁਰ ਤੋਂ ਮੇਰਾ ਗੀਤ ਰਿਲੀਜ਼ ਹੋ ਰਿਹਾ ਵੀਡੀਓ ਸ਼ੂਟ ਕਰ ਰਹੇ ਹਾਂ ਥੋੜੇ ਦਿਨ ਤੱਕ ਉਹ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਬਾ ਜੀ ਮਿਹਰ ਕਰਦਾ ਦਿਲ ਮੇਰੇ ਨੇ ਸੀ ਜਿੱਦ ਆਖਰਾਂ ਦੀ ਕਰਤੀ ਉਹਦੀ ਰੋਕ ਕੇ ਸਹੇਲੀ ਗੱਲ ਉਹਦੇ ਬਾਹਰ ਕਰਤੀ
ਓ ਮੇਰੇ ਬਾਰੇ ਕੀ ਖਿਆਲ ਉਹਦਾ ਹੋਊਗਾ ਇਹੋ ਗੱਲ ਸੋਚ ਸੋਚ ਮੇਰੀ ਜਾਨ ਨਿਕਲੇ ਕਿਸੇ ਹੱਥ ਭੇਜਿਆ ਸੁਨੇਹਾ ਯਾਰ ਨੂੰ ਰੱਬਾ ਸੋਹਣਿਆਂ ਦੇ ਬੁੱਲਾਂ ਵਿੱਚੋਂ ਹਾਂ ਨਿਕਲੇ ਥੈਂਕ ਯੂ ਸੋ ਮਚ ਜਿਹਦੀ ਵੀ ਫੀਲਿੰਗ ਹੈ ਫੀਲਿੰਗ ਪੂਰੀ ਹੋ ਜੇ ਆ ਜੀ ਆਜੋ 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 ਸਤਿ ਸ਼੍ਰੀ ਅਕਾਲ ਜੀ ਇੱਥੇ ਬੋਲਿਓ ਜੀ ਹੁਣ ਬੋਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਹਰਸ਼ ਹਰਸ਼ ਕਿੱਥੇ ਰਹਿੰਦੇ ਹੋ ਦੀਨਾਨਗਰ ਦੀਨਾਨਗਰ ਓਕੇ 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 ਕੀ ਸ਼ੌਂਕ ਨੇ ਤੁਹਾਡੇ ਸਿੰਗਿੰਗ ਰਾਈਟਿੰਗ ਬਹੁਤ ਕੁਝ ਡਾਂਸਿੰਗ ਵੀ ਚਲੋ ਗਾਣਾ ਸੁਣਾਓ ਜੀ ਫਿਰ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਹੰਝਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲ ਗੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਜੀ ਮੇਰਾ ਨਾਮ ਅੰਜਲੀ ਆ ਹਾਂਜੀ ਅੰਜਲੀ ਅੰਜਲੀ ਕਿੱਥੇ ਰਹਿੰਦੇ ਹੋ ਜੀ ਮੈਂ ਪਠਾਨਕੋਟ ਦੀ ਹਾਂ ਪਠਾਨਕੋਟ ਕੀ ਸ਼ੌਂਕ ਨੇ ਤੁਹਾਡੇ ਮੇਰਾ ਸਿੰਗਿੰਗ ਡਾਂਸਿੰਗ ਤੇ ਏਮ ਕੀ ਆ ਵੱਡੇ ਹੋ ਕੇ ਏਮ ਹਜੇ ਕੁਛ ਵੀ ਨਹੀਂ ਮਤਲਬ ਟੀਚਰ ਬਣਨ ਦਾ ਸ਼ੌਕ ਹੈ ਤੁਸੀਂ ਪੜਾਉਣਾ ਜੀ ਮੈਨੂੰ ਠੀਕ ਆ ਤੁਸੀਂ ਟੀਚਰ ਲੱਗ ਗਏ ਇੱਥੇ ਤੇ ਆ ਫੜਿਓ ਜੀ ਇਹਨਾਂ ਨੂੰ ਦਵਾਂਗੇ ਬਾਅਦ ਤੂੰ ਨਾ ਲੈ ਜੀ ਘਰੇ ਸ਼ਰਾਰਤੀ ਜਵਾਕ ਮੇਰਾ ਤੀਜਾ ਦਿਨ ਹੈ ਪਹਿਲੇ ਦੋ ਦਿਨ ਆਇਆ ਨਹੀਂ ਤੇ ਤੁਸੀਂ ਮੈਡਮ ਮੇਰੀ ਕਮਿੰਨ ਮੈਮ ਕਮਿੰਨ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੇ ਸੀ ਦੋ ਦਿਨਾਂ ਤੋਂ ਦੋ ਦਿਨ ਤੋਂ ਸੋਚਦੇ ਰਿਹਾ ਜੀ ਵੀ ਕਾਲਜ ਜਾਣਾ ਜੀ ਤੇ ਹੁਣ ਆ ਗਏ ਹੋ ਤੇ ਬਹਿ ਜਾਓ ਤੇ ਪੜਨ ਦਾ ਇਰਾਦਾ ਹੈ ਵੀ ਹੈ ਕਿ ਇੱਥੇ ਗੇੜੀਆਂ ਮਾਰਨ ਆਏ ਹੋ ਤੁਹਾਡਾ ਇਰਾਦਾ ਪੜਾਉਣ ਦਾ ਹੈਗਾ ਕਿ ਗੇੜੀਆਂ ਵਜਾਉਣ ਦਾ ਹੀ ਹੈ ਜੀ ਜਿੱਦਾਂ ਤੁਹਾਡਾ ਇਰਾਦਾ ਪੜਾਉਣ ਦਾ ਜੀ ਫਿਰ ਪੜਾਂਗੇ ਜੇ ਤੁਹਾਡਾ ਇਰਾਦਾ ਹੀ ਗੇੜੀਆਂ ਵਜਾਉਣ ਦਾ ਫਿਰ ਮਾਰ ਲਾਂਗੇ ਜੀ ਮੈਂ ਇੰਗਲਿਸ਼ ਪੜਾਣੀ ਹੈ ਅੱਛਾ ਜੀ ਤੁਹਾਨੂੰ ਆਉਂਦੀ ਹੈ ਇਹੀ ਮੈਂ ਪੁੱਛਣਾ ਤੁਹਾਨੂੰ ਆਉਂਦੀ ਹੈ ਹਾਂਜੀ ਅੱਛਾ ਜੀ ਅੱਛਾ ਜੀ ਚਲੋ ਪੜਾਓ ਜੀ ਕਰੋ ਸ਼ੁਰੂ ਮੈਡਮ ਜੀ ਆਜੋ ਫਿਰ ਚਲੋ ਮੈਨੂੰ ਇਹ ਦੱਸੋ ਗ੍ਰਾਮਰ ਬਾਰੇ ਦੱਸੋ ਤੁਹਾਨੂੰ ਕੀ ਪਤਾ ਹੈ ਗ੍ਰਾਮਰ ਅੰਗਰੇਜ਼ੀ ਦਾ ਹੀ ਪਾਰਟ ਹੈ ਜੀ ਇੱਕ ਇਹਦੇ ਵਿੱਚ ਟੈਂਸ ਵੀ ਆਉਂਦੇ ਨੇ ਜੀ ਹਾਂਜੀ ਕਿਹੜੇ ਕਿਹੜੇ ਟੈਂਸ ਹੁੰਦੇ ਨੇ ਕਿੰਨੇ ਟੈਂਸ ਹੁੰਦੇ ਨੇ ਟੈਂਸ ਜੀ ਟੈਂਸ ਤਾਂ ਮੈਂ ਵੈਸੇ ਹੀ ਰਹਿਣਾ ਜ਼ਿੰਦਗੀ 'ਚ ਟੈਂਸ ਹੀ ਹੁੰਦੇ ਟੈਂਸ ਕਾਫੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਜੀ ਚਾਰ ਤਰ੍ਹਾਂ ਦੇ ਹੁੰਦੇ ਨੇ ਸਾਨੂੰ ਤਿੰਨ ਪਤਾ ਜੀ ਚਾਰ ਕਿਹੜੇ ਹੁੰਦੇ ਨੇ ਚਲੋ ਦੱਸੋ ਜੀ ਪਾਸਟ ਟੈਂਸ ਹੁੰਦਾ ਆ ਪਾਸਟ ਟੈਂਸ ਜਿਹੜਾ ਬੀਤ ਗਿਆ ਜੀ ਹਾਂਜੀ ਪ੍ਰੈਜ਼ੈਂਟ ਹੁੰਦਾ ਆ ਵੀ ਮੈਂ ਕੱਲ ਆਇਆ ਨਹੀਂ ਇਹ ਪਾਸਟ ਟੈਂਸ ਹੈ ਜੀ ਹਾਂਜੀ ਇੱਕ ਪ੍ਰੈਜ਼ੈਂਟ ਹੁੰਦਾ ਆ ਇੱਕ ਫਿਊਚਰ ਪ੍ਰੈਜ਼ੈਂਟ ਹੁੰਦਾ ਜੀ ਮੈਂ ਅੱਜ ਆ ਗਿਆ ਹਾਂਜੀ ਇੱਕ ਫਿਊਚਰ ਹੁੰਦਾ ਫਿਊਚਰ ਹੁੰਦਾ ਜੀ ਮੈਂ ਸ਼ਾਇਦ ਕੱਲ ਨੂੰ ਫੇਰਨਾ ਵਾਂ ਉਹਨਾਂ ਦੇ ਅੱਗੇ ਚਾਰ ਚਾਰ ਪਾਰਟ ਹੁੰਦੇ ਨੇ ਨਹੀਂ ਵੈਸੇ ਟੈਂਸ ਤਾਂ ਤਿੰਨ ਹੀ ਹੋਏ ਨਾ ਜੀ ਹਾਂਜੀ ਤੁਸੀਂ ਚਾਰ ਕਹਿੰਦੇ ਫੇਰ ਮੈਂ ਕਿਹਾ ਮੈਡਮ ਜੀ ਤਿੰਨ ਟੈਂਸ ਹੁੰਦੇ ਨੇ ਚਾਰ ਹੁੰਦੇ ਨੇ ਹੁਣ ਕੱਢੋ ਚੌਥਾ ਜੀ ਚਲੋ ਬਹੁਤ ਵਧੀਆ ਜੀ ਗੋਡ ਬਲੈਸ ਯੂ ਖੁਸ਼ ਰਹੋ ਜੀ ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਟੈਂਪਰ ਤੁਹਾਨੂੰ ਵੀ ਦੇਣਾ ਚੰਗਾ ਜੀ ਧੰਨਵਾਦ ਨੀ ਮੈਂ ਆਵਾਂ 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 ਨੀ ਮੈਂ ਨੱਚਦੀ ਝੂਮਦੀ ਆਵਾਂ ਨੀ ਮੈਂ ਆਵਾਂ 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 ਨੀ ਮੈਂ ਨੱਚਦੀ ਝੂਮਦੀ ਆਵਾਂ ਨੀ ਮੈਂ ਚੰਨ ਤੇ ਪਿੰਗਾ ਪਾਵਾਂ ਨੀ ਮੇਰੀ ਨੱਚਦੀ ਦੀ ਚਾਂਜਰ ਚਣ ਕੇ ਵੀ ਮੈਨੇ ਨੱਚਣਾ ਕੰਪਿਊਟਰ ਵਾਲਿਆਂ ਦਾ
ਪਹਿਲੇ ਤੋੜ ਰੱਖੇ ਟੁੱਟ ਗਏ ਇਹ ਕਿਵੇਂ ਟੁੱਟਿਆ ਮੈਂ ਜਾ ਰਿਹਾ ਸੀ ਪੁਣੇ ਤੇ ਟ੍ਰੇਨ ਤੋਂ ਪੈ ਕੇ ਥੱਲੇ ਅੱਛਾ ਪੁਣੇ ਜਾ ਰਹੇ ਸੀ ਹਾਂਜੀ ਟ੍ਰੇਨ ਤੇ ਡਿੱਗ ਗਿਆ ਹਾਂਜੀ ਇਹ ਗੱਲ ਕਰਨੀ ਔਖੀ ਨਹੀਂ ਇਹਦੇ ਨਾਲ ਐਡਾ ਵਿਛੇਤਰ ਹੀ ਫੜਿਆ ਹੁੰਦਾ ਜਿਵੇਂ ਤਲਵਾਰ ਰੱਖੋ ਏਮ ਕੀ ਅੱਗੇ ਜਾ ਕੇ ਏਮ ਅੱਗੇ ਜਾ ਕੇ ਕੱਛੂ ਜੋਬ ਕਰਨੀ ਕੱਛੂ ਅੱਛੀ ਅੱਛੀ ਜੋਬ ਕਰਨੀ ਅੱਛਾ ਅੱਛੀ ਜੋਬ ਕਰਨੀ ਹੈ ਹਾਂਜੀ ਮੈਂ ਕਿਹਾ ਪਤਾ ਨਹੀਂ ਕੱਛੂ ਗੁੰਮਾ ਮਾਰਨਾ ਬੰਦੇ ਸੁਣਾਓ ਫਿਰ ਗਾਣਾ ਇਤਨੀ ਮੁਹੱਬਤ ਕਰੋ ਨਾ ਮੈਂ ਡੂਬ ਨਾ ਜਾਊਂ ਕਹੀਂ ਵਾਪਿਸ ਕਿਨਾਰੇ ਪੇ ਆਨਾ ਮੈਂ ਤੋ ਹਫ਼ਤਾ ਸੇ ਸੋਇਆ ਨਹੀਂ ਬੋਲ ਦੋ ਨਾ ਜ਼ਰਾ ਦਿਲ ਮੇ ਜੋ ਹੈ ਛਿਪਾ ਮੈਂ ਕਿਸੀ ਸੇ ਕਹੂੰਗਾ ਨਹੀਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਖੁਸ਼ ਰਹੋ ਬਾਬਾ ਜੀ ਥੋੜ੍ਹਾ ਜੋ ਵੀ ਤੁਸੀਂ ਸੋਚਦੇ ਹੋ ਲੰਬੀ ਬਹੁਤ ਹੈ ਕਿੱਥੇ ਗਏ ਜੀ ਆਪਾਂ ਬੱਲੇ ਬੱਲੇ ਉੱਚੀ ਆ ਬਈ ਬਾਬੇ ਤਰੱਕੀ ਦੇਣ ਬਾਬੇ ਤਰੱਕੀ ਦੇਣ ਖੁਸ਼ ਰਹੋ ਜੀ ਖੁਸ਼ ਰਹੋ ਥੈਂਕ ਯੂ ਸੋ ਮਚ ਜੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਵਨੀਤ ਭਾਈ ਤੇ ਐਮ ਐਚ ਵਾਨੇ ਵਾਲਿਆਂ ਨੂੰ ਦਲੀਆ ਨਰਵਸ ਜਿਹਾ ਹੋ ਗਿਆ ਨਾ ਨਾ ਨਰਵਸ ਕੋਈ ਚੱਕਰ ਹੀ ਨਹੀਂ ਅੱਜ ਕਿਹੜਾ ਵਿਆਹ ਤੇਰਾ ਘਰ ਕਿੱਥੇ ਆ ਘਰ ਇੰਦੋਰੇ ਇੰਦੋਰੇ ਪਰਿਵਾਰ 'ਚ ਕੌਣ ਕੌਣ ਆ ਮੰਮੀ ਡੈਡੀ ਤੇ ਇੱਕ ਭਰਾ ਛੋਟਾ ਦੋ ਭੈਣਾਂ ਡੋਲੀ ਦਾ ਟਾਈਮ ਆ ਗਿਆ ਮੈਂ ਦੀਦੀ ਮੈਂ ਤੇਰੀ ਭੈਣ ਹੈ ਨਾ ਤੇ ਬਸ ਉਹ ਆਪਾਂ ਕਰਨਾ ਜਿਹੜਾ ਪਖੰਡ ਚ ਆਉਂਦਾ ਹੰਝੂ ਹੁੰਦੀ ਤਾਂ ਵੈਸੇ ਖੁਸ਼ੀ ਹੋਈ ਹੈ ਵੀ ਚਲੋ ਚੱਲੀ ਚੱਲੀ ਹੈ ਪਰ ਉਹ ਨਾ ਪਖੰਡ ਜ਼ਰੂਰੀ ਵੀ ਹੈ ਵੀਡੀਓ ਵਾਲੇ ਨੂੰ ਹੁੰਦੇ ਆ ਕੈਮਰੇ ਵਾਲੇ ਨੂੰ ਕਹਿੰਦੇ ਹੁੰਦੇ ਆ ਮੇਰੇ ਹੰਝੂ ਜ਼ਰੂਰ ਕੈਪਚਰ ਕਰੀ ਹਾਂਜੀ ਚੱਲ ਠੀਕ ਹੈ ਮੈਂ ਹੁਣ ਉਹ ਐਂ ਜੋ ਸੁੱਟਦੀ ਹੁੰਦੀ ਨਾ ਕੁੜੀ ਉੱਤੋਂ ਦੀਆਂ ਜੀ ਠੀਕ ਆ ਭੈਣ ਠੀਕ ਆ ਭੈਣ ਟੈਨਸ਼ਨ ਨਾ ਲਈ ਕੋਈ ਤੇਰੇ ਤੋਂ ਬੱਬੀ ਕਾਹਦੀ ਟੈਨਸ਼ਨ ਮੇ ਭਰਾਵਾ ਹਾਂਜੀ ਹਾਂਜੀ ਆਜੋ ਆਜੋ ਦੂਰੇ ਹੀ ਕਰੀ ਜਾਂਦੀ ਹੈ ਨੰਗਲ ਦੇ ਕੋਲ ਨੰਗਲ ਮਹਿਤਪੁਰ ਮਹਿਤਪੁਰ ਤੋਂ ਅੰਬ ਨਾ ਨਾ ਸੇਬ ਕੀ ਸੁਣਾਓਗੇ ਗਾਣਾ ਸੁਣਾਓ ਦਿਲ ਚ ਸ਼ੈਤਾਨੀ ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗੜ ਵਾਲੀ ਗਾਨੀ ਮੇਰਾ ਦਿਲ ਲੁੱਟੀ ਜਾਵੇ ਤੇਰੇ ਗੜ ਵਾਲੀ ਗਾਨੀ ਲੋਰਡ ਬਲੈਸ ਯੂ ਜੀ ਬਾਬਾ ਜੀ ਬਹੁਤ ਸੋਹਣੀ ਆਵਾਜ਼ ਕਿਆ ਲੋ ਜੀ ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਐਂਪਰ ਸਰ ਇੱਕ ਗੱਲ ਕਹਿਣੀ ਸੀ ਇੱਕ ਦੋ ਕਹੋ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਜਿਹੜਾ ਆਪ ਖੁਦ ਸੋਹਣਾ ਹੁੰਦਾ ਦੂਜੇ ਦੀ ਤਾਰੀਫ ਕਰਦਾ ਹੁੰਦਾ ਤੁਸੀਂ ਬਹੁਤ ਸੋਹਣੇ ਹੋ ਥੈਂਕ ਯੂ ਸਰ ਹਾਂ ਕ੍ਰੀਮ ਲਾਈਨ ਹੋਰ ਸੋਹਣੀ ਹੋ ਜੀ ਚੰਗਾ ਛੱਡ ਕੇ ਆਵਾਂਗੇ ਚੱਲ ਜਾਏਗੀ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆਓ ਜੀ ਆਓ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਬਹੁਤ ਜ਼ਿਆਦਾ ਵੱਡੀ
ਅਗਲੇ ਐਪੀਸੋਡ ਵਿੱਚ ਵੱਡਾ ਪੱਖਾ ਨਹੀਂ ਹੁੰਦਾ ਜਿਹੜਾ ਜਿਹੜਾ ਜਦੋਂ ਆਪਾਂ ਸਰਾਂਜ ਜਾਂਦੇ ਆ ਬਸ ਬਸ ਉਹੀ ਉਹੀ ਜਿਹੜੇ ਸਰਾਂਜ ਵੱਡੇ ਪੱਖੇ ਲੱਗੇ ਹੁੰਦੇ ਆ ਉਹ ਵੱਡਾ ਫੈਨ ਹੈ ਬਿਲਕੁਲ ਸਹੀ ਚਲੋ ਧੰਨਵਾਦ ਤੁਹਾਡਾ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਉਹਦੇ ਕਰਕੇ ਚੱਲੀ ਜਾਂਦਾ ਪ੍ਰੋਗਰਾਮ ਹੈ ਕਿ ਨਹੀਂ ਜੀ ਹੋਰ ਸੁਣਾਓ ਕਿੱਥੇ ਕੀ ਨਾਂ ਕੀ ਤੁਹਾਡਾ ਰਿਤੂ ਸ਼ਰਮਾ ਹੋਰ ਕੀ ਜ਼ਿੰਦਗੀ 'ਚ ਕੀ ਬਣਨ ਨੂੰ ਸੋਚਿਆ ਟੀਚਰ ਪ੍ਰੋਫੈਸਰ ਪ੍ਰੋਫੈਸਰ ਹਾਂਜੀ ਚਲੋ ਠੀਕ ਹੈ ਪੜ੍ਹਾਓਗੇ ਮੈਨੂੰ ਹਾਂਜੀ ਚਲੋ ਠੀਕ ਹੈ ਤਾਂ ਖੁਸ਼ ਹੀ ਬਹੁਤ ਹੈ ਮੈਡਮ ਤੁਸੀਂ ਕੀ ਪੜ੍ਹਨਾ ਚਾਹੋਗੇ ਜੋ ਤੁਹਾਡਾ ਸਬਜੈਕਟ ਹੈ ਤੁਹਾਡਾ ਸਬਜੈਕਟ ਕਿਹੜਾ ਠੀਕ ਹੈ ਮੈਂ ਤੁਹਾਨੂੰ ਹਿੰਦੀ ਪੜ੍ਹਾ ਦਾਂਗੀ ਹਿੰਦੀ 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 ਆਉਣ ਦਿਓ ਮਾਤਰ ਭਾਸ਼ਾ ਹੈ ਹਮਾਰੀ ਠੀਕ ਹੈ ਜੀ ਆ ਜਾਓ ਹੁਣ ਅੱਗੇ ਤਾਂ ਤੁਸੀਂ ਬੜਾ ਪੁੱਛ ਕੇ ਆਉਂਦੇ ਹੋ ਮੈਨੂੰ ਹਿੰਦੀ ਹਿੰਦੀ ਬੋਲੀਏਗਾ ਅੱਛਾ ਚਲੋ ਠੀਕ ਹੈ ਹਿੰਦੀ ਕੇ ਅਧਿਆਪਕ ਹੀ ਆਇਆ ਕਹਾਂ ਤੇ ਰਵਨੀ ਤੁਮ ਇਤਨੇ ਦਿਨ ਸੇ ਇਤਨੇ ਦਿਨ ਸੇ ਹਾਂਜੀ ਤੁਮ ਵੇਟ ਕਰਤੇ ਰਹੇ ਨਿਬੰਧ ਕੌਨ ਸਾ ਆਤਾ ਤੁਮੇ ਨਿਬੰਧ ਹਾਂ ਬਤਾਓ ਕੌਨ ਸਾ ਸੁਣਾਏ ਗਾਏ ਕਾ ਸੁਣਾਓ ਹਮਾਰੇ ਘਰ ਮੇ ਗਾਏ ਹੈ ਗਾਏ ਕਾ ਰੰਗ ਆਪਕੇ ਰੰਗ ਸੇ ਮਿਲਤਾ ਹੈ ਆਪ ਵੀ ਥੋੜੇ ਸੇ ਬੂਰੀ ਹੋ ਵੋ ਵੀ ਬੂਰੀ ਹੈ ਮੈਂ ਤੁਹਾਡੇ ਡਾਂਸ ਕਰਨਾ ਚਾਹੁੰਦੀ ਡਾਂਸ ਕਰਨਾ ਚਾਹੁੰਦੇ ਹੋ ਚਲੋ ਚਲੋ ਠੀਕ ਹੈ ਜੀ ਬਸ ਕਰੋ ਜੀ ਬਸ ਇਹ ਤਾਂ ਅੜਦੀਆਂ ਨਹੀਂ ਪਿਓਰ ਰੂਟ ਸੋਲੋ ਤੁਹਾਨੂੰ ਗਿਫਟ ਟੈਂਪਰ ਗੋਡ ਬਲੈਸ ਯੂ ਖੁਸ਼ ਰਹੋ ਖੁਸ਼ ਰਹੋ ਖੁਸ਼ ਰਹੋ ਬਾਬਾ ਜੀ ਤਰੱਕੀ ਦੇਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਫਿਰ ਵਧੀਆ ਰੰਗ ਥੋੜ੍ਹਾ ਹੀ ਕਰਾਇਆ ਕਿ ਕੁਦਰਤੀ ਰੰਗ ਖੁਦ ਹੀ ਕਰਾਇਆ ਆਹ ਖੁਦ ਹੀ ਕਰਾਏਗਾ ਫਿਰ ਹਾਂਜੀ ਮੈਨੂੰ ਕਿਹਾ ਥੋੜ੍ਹਾ ਕਰਾਇਆ ਹਾਂ ਥੋੜ੍ਹਾ ਹੀ ਹੈ ਪੈਸੇ ਮੁੱਕ ਗਏ ਕਿੱਥੇ ਕਿੱਥੇ ਰਹਿੰਦੇ ਹੋ ਡਿਸਟ੍ਰਿਕਟ ਚੰਬਾ ਪਰਮੌਰ ਅੱਛਾ ਹਿਮਾਚਲ ਸੇ ਹਾਂਜੀ ਹਿਮਾਚਲੀ ਸੁਣਾਓ ਹਿਮਾਚਲੀ ਪੇਸ਼ ਕਰੋਗੇ ਆਉਂਦਾ ਹਿਮਾਚਲੀ ਹਾਂਜੀ ਹਿਮਾਚਲੀ ਹਿਮਾਚਲੀ ਆਉਣ ਦੋ ਅੰਮਾ ਪੁੱਛਦੀ ਸੁਣਦੀ ਮੇਰੀ ਕਿਆ ਬਾਤ ਅੰਮਾ ਪੁੱਛਦੀ ਸੁਣਦੀ ਮੇਰੀ ਖੁਦੀ ਬਲਾ ਦੁਬਲੀ ਤੂੰ ਕਿਆਂ ਖਰੀ ਹੋਈ ਹੋ ਖੁਦੀਏ ਬਲਾ ਦੁਬਲੀ ਤੂੰ ਕਿਆਂ ਖਰੀ ਹੋਈ ਹੋ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਥੋੜ੍ਹਾ ਰਿਆਜ਼ ਕਰਿਆ ਕਰੋ ਸਾਡਾ ਆਵਾਜ਼ ਪੰਜਾਬੀ ਸ਼ੁਰੂ ਹੋਣ ਵਾਲਾ ਪਹੁੰਚੋ ਉੱਥੇ ਬਹੁਤ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਆਜੋ ਜੀ ਆਜੋ ਮੈਂ ਕਿਹੜਾ ਪੜ੍ਹਦਾ ਕੀ ਨਾਂ ਤੁਹਾਡਾ ਮੇਰਾ ਨਾਮ ਦੀਕਸ਼ਾ ਦੀਕਸ਼ਾ ਹਾਂਜੀ ਕਿੱਥੇ ਰਹਿੰਦੇ ਹੋ ਇਹੀ ਪੇ ਇੰਦੋਰਾ ਮੈਂ ਰੂਮ ਰੱਖਾ ਯਹੀ ਪੇ ਕਿਹਦੇ ਯਹੀ ਰਹੇ ਕਹਿੰਦੀ ਵੀ ਗੇਟ ਤੋਂ ਬਾਅਦ ਮੈਂ ਹੀ ਰਹਿੰਦੀ ਤੇ ਵੈਸੇ ਕਾਂਗੜਾ ਸੇ ਵੈਸੇ ਕਾਂਗੜਾ ਸੇ ਹਾਂਜੀ ਓਕੇ 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 ਕੀ ਕਰੋਗੇ ਪੇਜ ਕੋਈ ਗਾਣਾ ਕੋਈ ਸ਼ਾਇਰ ਹੋ ਸ਼ਾਇਰੀ ਗਾਣਾ ਗਾਣਾ ਮੈਂ ਹਾਂ ਹਾਂ ਕੁਛ ਵੀ ਨਹੀਂ ਹੈ ਇਹ ਜਹਾਂ ਤੂੰ ਹੈ ਤੋ ਹੈ ਇਸ ਵਿੱਚ ਜ਼ਿੰਦਗੀ ਉਹ ਅਬ ਮੁਝ ਕੋ ਜਾਣਾ ਹੈ ਕਹਾਂ ਕਿ ਤੂੰ ਹੀ ਸਫ਼ਰ ਹੈ ਆਖਰੀ ਕਿ ਤੇਰੇ ਬਿਨਾ ਜੀਣਾ ਮੁਮਕਿਨ ਨਹੀਂ ਨਾ ਦੇਣਾ ਕਭੀ ਮੁਝ ਕੋ ਤੂੰ ਫਾਸਲੇ ਮੈਂ ਤੁਝ ਕੋ ਕਿਤਨਾ ਚਾਹਤੀ ਹੂੰ ਇਹ ਤੂੰ ਕਭੀ ਸੋਚ ਨਾ ਸਕੇ ਕਿ ਤੇਰੇ ਲਈ ਦੁਨੀਆ ਛੋੜਦੀ ਹੈ ਕਿ ਤੁਝ ਪੇ ਹੀ ਸਾਂਸ ਆ ਕੇ ਰੁਕੇ ਮੈਂ ਤੁਝ ਕੋ ਕਿਤਨਾ ਚਾਹਤੀ ਹੂੰ ਇਹ ਤੂੰ ਕਭੀ ਸੋਚ ਨਾ ਸਕੇ ਲਓ ਜੀ ਲਓ ਜੀ ਲਓ ਜੀ ਗੋਡ ਬਲੈਸ ਯੂ ਬਾਬਾ ਜੀ ਤਰੱਕੀ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਵਧੀਆ ਤੁਸੀਂ ਸੁਣਾਓ ਆਲ ਗੁੱਡ ਕੀ ਨਾਂ ਤੁਹਾਡਾ ਮੇਰਾ ਨਾਮ ਅਬੇ ਪਾਟੀਆ ਕੀ ਸੁਣਾਓਗੇ ਮੈਂ ਸ਼ੇਰੋ ਸ਼ਾਇਰੀ ਵੀ ਕਰਾਂਗਾ ਤਾਂ ਗਾਣਾ ਵੀ ਸੁਣਾਊਂਗਾ ਜ਼ਿੰਦਗੀ ਬੜੀ ਹਸੀਨ ਹੈ ਹਮ ਕੋ ਵੀ ਸ਼ੋਅ ਦੇ ਦਿਆ ਕਿਤੇ ਕੁੱਟਣਾ ਤੈਨੂੰ ਬਾਅਦ ਮੈਂ ਨਹੀਂ ਮੇਰੇ ਡੈਡੀ ਠੀਕ ਹੈ ਭਾਜੀ ਹਾਂ ਤੂੰ ਇਹ ਹਿਸਾਬ ਲਾ ਲੈ ਮੇਰੇ ਡੈਡੀ ਦੇਖ ਰਹੇ ਨੇ ਚਲੋ ਠੀਕ ਹਾਂ ਬਹੁਤ ਕੱਬੇ ਨੇ ਠੀਕ ਹੈ ਕੋਈ ਗੱਲ ਹੀ ਨਹੀਂ ਹਾਂ ਮਿਲ ਲਵਾਂਗੇ ਅੰਕਲ ਉਹਨਾਂ ਨੂੰ ਤੂੰ ਸ਼ਾਇਰੀ ਇਹੋ ਜਿਹਾ ਸੁਣਾ ਕੀ ਮੈਂ ਤੈਨੂੰ ਉਹ ਮਿਲਣ ਆ ਜਾਣਾ ਚਲੋ ਠੀਕ ਹੈ ਹਾਂ ਠੀਕ ਹੈ ਅੰਕਲ ਜੀ ਗਾ ਰਿਹਾ ਮੈਂ ਸ਼ੈਰੋ ਸ਼ਾਇਰੀ ਕਰ ਰਿਹਾ ਜ਼ਿੰਦਗੀ ਬੜੀ ਹਸੀਨ ਹੈ ਹਮਕੋ ਜੀਣਾ ਨਹੀਂ ਆਤਾ ਹਰ ਚੀਜ਼ ਮੈਂ ਨਸ਼ਾ ਹੈ ਦੋਸਤੋ ਹਮਕੋ ਪੀਣਾ ਨਹੀਂ ਆਤਾ ਤੁਹਾਡਾ ਝੱਗਾ ਅਗਰ ਫਟ ਜਾਏ ਹਮੇ ਸੀਨਾ ਨਹੀਂ ਆਤਾ ਸੋ ਮਚ ਜੀ ਗੋਡ ਬਲੈਸ ਯੂ ਛੇ ਆ ਭਾਈ ਚੜਦੀਆਂ ਗੱਲਾਂ ਚ ਰੋਈ ਥੈਂਕ ਯੂ ਭਾਈ ਤੁਹਾਡੇ ਪਿਆਰ ਕਰਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਮੈਂ ਠੀਕ ਭਾਈ ਤੁਸੀਂ ਸੁਣਾਓ ਐਂ ਲੱਗਦਾ ਵੀ ਹੈਂਕਰ ਤੇ ਸ਼ਰਟ ਟੰਗੀ ਹੋਵੇ ਕਿੱਥੋਂ ਬਿਲੋਂਗ ਕਰਦੇ ਹੋ ਭਾਈ ਸੁਜਾਨਪੁਰ ਤੋਂ ਕੀ ਸੁਣਾਓਗੇ ਤੁਹਾਨੂੰ ਕੀ ਕਰੋਗੇ ਪੇਸ਼ ਭਾਈ ਇੱਕ ਛੋਟੀ ਸ਼ੇਰੋ ਸ਼ਾਇਰੀ ਹੈ ਜੋ ਖੁਦ ਮੈਂ ਲਿਖੀ ਹੈ ਉਹ ਮੈਂ ਤੁਹਾਨੂੰ ਸੁਣਾਉਂਗਾ ਆਉਣ ਆਉਣ ਦੋ ਕਲਮ ਚੋਂ ਹਮੇ ਤੋ ਆਪਨੋ ਨੇ ਲੂਟਾ ਗੈਰੋ ਮੇ ਕਹਾਂ ਦਮ ਥਾ ਵਾਹ 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 ਹਮੇ ਤੋ ਆਪਨੋ ਨੇ ਲੂਟਾ ਗੈਰੋ ਮੇ ਕਹਾਂ ਦਮ ਥਾ ਮੇਰੀ ਹੱਡੀ ਵਾਹ ਟੂਟੀ ਜਾਂ ਹਸਪੀਟਲ ਬੰਦ ਥਾ ਮੁਝੇ ਜਿਸ ਐਂਬੂਲੈਂਸ ਮੇ ਡਾਲਾ ਉਸਮੇ ਪੈਟਰੋਲ ਕਮ ਥਾ ਮੁਝੇ ਰਿਕਸ਼ੇ ਪੇ ਬਿਠਾਇਆ ਉਸਕਾ ਕਿਰਾਇਆ ਕਮ ਥਾ
मुझे डॉक्टर ने उठाया, नर्सों में कहां दम था। मुझे जिस बेड पे लिटाया उसके नीचे बम था। मुझे बम ने उठाया, गोली में कहां दम था। मुझे सड़क पे दफनाया, उस दिन कब्रिस्तान बंद था। चलो जी भाई जी, शहर के बाद हम बात करते हैं छोटे जे ब्रेक दा। रिमोट नु बिल्कुल हाथ लायो, मिलते हैं जी एक छोटे जे। चलो जी ब्रेक तो बाद एक बार फिर स्वागत है थोड़े अपने फेवरेट शो कंटिन्यू मंडीर के विच। ते बच्चों का असी फन एंटरटेनमेंट पूरा देखिया जी, बच्चे बहुत टैलेंटेड ने अरनी यूनीवर्सिटी के। ते हुण इत्थों दे फैकल्टी दे नाल मैं गलबात करूंगा जी, उन्होंने देखते हैं जी गुरु साहबान किदां दे ने, जिन्हां दे चेले बहुत वधिया ने। सब तो पहला प्रो चांसलर सर, हाँ जी वाइस चांसलर सर नाल भी मैं करदा जी गलबात, पर पहला प्रो चांसलर सर क्योंकि इन्हां दी शर्ट बहुत सोहणी है, देखो दोबारा। सत श्री अकाल जी। सत श्री अकाल जी। चल थोड़ा शुभ नाम जी? नीरज गर्ग। नीरज गर्ग। गर्ग सर तुसीं किवें शुरू कीता जी, की सोच के शुरू कीता जां की मोटिव नाल शुरू कीता सीगा कि इस ऑर्गेनाइजेशन दे विच आणा आपां? ਬੱਚਿਆਂ ਨੂੰ ਪੜ੍ਹਾਉਣਾ ਹੈ ਜੀ। ਹਾਂਜੀ, ਦੇਸ਼ ਨੂੰ ਅੱਗੇ ਲੈ ਕੇ ਜਾਣਾ, ਇਸ ਕਰਕੇ ਸ਼ੁਰੂ ਕੀਤਾ ਜੀ। ਓਕੇ, ਚਲੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ, ਥੈਂਕ ਯੂ ਸੋ ਮਚ। ਛੋਟੀ ਜਿਹੀ ਗੱਲ ਬਹੁਤ ਹੈ ਨਾ ਜੀ, ਆਪਾਂ ਵਾਈਸ ਚਾਂਸਲਰ ਸਰ ਨੂੰ ਪੁੱਛੀਏ। ਹਾਂਜੀ ਹਾਂਜੀ ਜੀ, ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ? ਬਸ ਫਸਟ ਕਲਾਸ। ਵੈਸੇ ਕਹਿੰਦੇ ਜਿਹੜਾ ਕੈਮਰੇ ਵਾਲਾ ਫੇਸ ਹੁੰਦਾ ਉਹ ਆਹੀ ਹੈ, ਜਿਨ੍ਹਾਂ ਦੀ ਹਮੇਸ਼ਾ ਹੀ ਸਮਾਈਲ ਚਿਹਰੇ 'ਤੇ ਰਹਿੰਦੀ ਹੈ। ਥੈਂਕ ਯੂ ਥੈਂਕ ਯੂ। ਹੋਰ ਸੁਣਾਓ ਜੀ, ਤੁਹਾਡਾ ਸ਼ੁਭ ਨਾਮ ਜੀ? ਬ੍ਰਿਗੇਡੀਅਰ ਐਸ.ਸੀ. ਵਰਮਾ। ਓਕੇ ਜੀ, ਬ੍ਰਿਗੇਡੀਅਰ ਸਰ, ਤੁਸੀਂ ਪਹਿਲਾਂ ਆਰਮੀ 'ਚ ਸੀਗੇ ਜੀ? ਆਰਮੀ 'ਚ ਸੀ। ਕਿੰਨਾ ਚਿਰ ਦੇਸ਼ ਦੀ ਸੇਵਾ ਕੀਤੀ ਜੀ ਆਰਮੀ ਦੇ ਵਿੱਚ ਰਹਿ ਕੇ? 33 ਸਾਲ। 33 ਸਾਲ? ਹਾਂਜੀ। ਬਹੁਤ ਸੇ 33 ਸਾਲ ਆਰਮੀ ਦੀ ਤੇ 4 ਸਾਲ ਪੁਲਿਸ ਦੀ। ਅੱਛਾ ਜੀ। ਤੇ 5 ਸਾਲ ਕਾਰਪੋਰੇਟ ਆਫਿਸ ਦੀ। ਬਹੁਤ ਬਹੁਤ ਵਧੀਆ, ਤਾੜੀਆਂ ਸਰ ਹੋਰਾਂ ਲਈ। ਸਰ ਜਦੋਂ ਤੁਸੀਂ ਆਰਮੀ 'ਚ ਸੀਗੇ ਜੀ, ਆਰਮੀ ਪਰਸਨਸ ਭਾਵੇਂ ਉਹ ਕੋਈ ਵੀ ਰੈਂਕ ਹੋਵੇ, ਭਾਵੇਂ ਵੱਡਾ ਰੈਂਕ ਹੋਵੇ, ਭਾਵੇਂ ਉਹ ਕਿਤੇ ਵੀ ਰੈਂਕ 'ਤੇ ਹੋਣ, ਉਹ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਨੇ ਜੀ, ਅਤੇ ਪਰਿਵਾਰ ਨੂੰ ਕਿੰਨਾ ਕੁ ਮਿਸ ਕਰਦੇ ਸੀਗੇ, ਜਾਂ ਉੱਥੇ ਕਿਵੇਂ ਇੱਕ ਦੂਜੇ ਨਾਲ ਐਂਟਰਟੇਨਮੈਂਟ ਕਰਦੇ ਸੀ, ਜਾਂ ਕੋਈ ਵੀ ਕੋਈ ਯਾਦਗਾਰ ਪਲ ਜਿਹਨਾਂ ਨੂੰ ਤੁਸੀਂ ਮਿਸ ਕਰਦੇ ਹੋ? ਅਸੀਂ ਤਾਂ ਐਸੀ ਜਗ੍ਹਾ ਰਹੇ ਜਿੱਧਰ ਕਾਫੀ ਰੌਣਕ ਰਹਿੰਦੀ ਸੀ, ਅਤੇ ਇਸ ਕਰਕੇ ਪਰਿਵਾਰ ਦੀ ਕੋਈ ਖਾਸ ਯਾਦ ਨਹੀਂ ਆਈ। ਬਹੁਤ ਅੱਛਾ ਟਾਈਮ ਨਿਕਲ ਗਿਆ, ਹੁਣ ਵੀ ਬੜਾ ਅੱਛਾ ਟਾਈਮ ਨਿਕਲ ਗਿਆ। ਅਤੇ ਹੁਣ ਸਾਡਾ ਕੌਣ ਕੌਣ ਨੇ ਜੀ? ਸਾਡੇ ਬੇਟਾ ਹੈ ਇੱਕ। ਵਾਈਫ ਨਹੀਂ ਹੈ ਜੀ? ਪਹਿਲਾਂ ਵਾਈਫ ਵੀ ਕੌਣ ਹੈ ਜੀ? ਤੁਸੀਂ ਵਾਈਫ 'ਤੇ ਆਏ ਨਹੀਂ ਰਹੇ, ਤੁਸੀਂ ਵਾਈਫ ਪਹਿਲਾਂ ਅਸੀਂ ਉੱਥੇ ਰਹੇ ਜਿੱਥੇ ਆਲੇ ਦੁਆਲੇ ਰੌਣਕ ਸੀ। ਹੁਣ ਮੈਂ ਪੁੱਛਿਆ ਪਰਿਵਾਰ 'ਚ ਕੌਣ ਹੈ? ਬੇਟਾ ਹੈ। ਰੱਬ ਕਰੇ ਵੀ ਇਹ ਪ੍ਰੋਗਰਾਮ ਜ਼ਰੂਰ ਦੇਖਦੇ ਹੋਣ। ਵਾਈਫ ਵੀ ਹੈ, ਉਹ ਵੀ ਪ੍ਰਿੰਸੀਪਲ ਰਹੀ ਹੈ ਕੋਈ 20 ਸਾਲ। ਅੱਛਾ ਜੀ, ਬਹੁਤ ਵਧੀਆ ਜੀ। ਐਜੂਕੇਸ਼ਨ ਨਾਲ ਹੀ ਜੁੜੀ ਹੈ। ਓਕੇ ਜੀ ਓਕੇ, ਚਲੋ ਬਹੁਤ ਵਧੀਆ ਜੀ। ਕਿੱਥੇ ਰਹਿੰਦੇ ਹੋ ਜੀ ਹੁਣ ਪ੍ਰੈਜ਼ੈਂਟ? ਕਿੱਥੇ ਰਿਹਾਇਸ਼ ਰੱਖੀ? ਪਠਾਨਕੋਟ। ਪਠਾਨਕੋਟ ਦੇ ਵਿੱਚ? ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਵੈਰੀ ਮਚ। ਛੋਟੇ ਹੁੰਦੇ ਤੁਸੀਂ ਜਾਂ ਜਦੋਂ ਮੇਰੀ ਉਮਰ ਦੇ ਸੀਗੇ ਗਾਉਂਦੇ ਸੀ, ਜਾਂ ਕੋਈ ਪੁਰਾਣਾ ਸੌਂਗ ਹੁਣ ਵੀ ਤੁਸੀਂ ਸੁਣਦੇ ਹੋਵੋ? ਪੰਜਾਬੀ ਦੀ ਦੋ ਲਾਈਨਾਂ ਗਾਉਂਦੇ? ਬਿਲਕੁਲ 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 ਬਿਲਕੁਲ। ਅੱਜ ਕੱਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ। ਸੁਣੋ ਸੁਣੋ, ਤੁਸੀਂ ਆਪਣੇ ਗੁਰੂਆਂ ਵਾਂਗੂ ਹੀ ਜਾਣਾ ਅੱਗੇ। ਅੱਜ ਕੱਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ, ਤੌਬਾ ਤੌਬਾ। ਹੱਥ ਵਿੱਚ ਮੋਬਾਈਲ ਥੱਲੇ ਕਾਰ ਮੇਰੀ ਜਾਂ, ਤੌਬਾ ਤੌਬਾ। ਅੱਜ ਕੱਲ ਦੀਆਂ ਕੁੜੀਆਂ ਫੈਸ਼ਨਦਾਰ ਮੇਰੀ ਮਾਂ, ਤੌਬਾ ਤੌਬਾ। ਦੁੱਧ ਨਾ ਪੀਣ ਕੁੜੀਆਂ, ਲੱਸੀ ਨਾ ਪੀਵਨ ਕੁੜੀਆਂ। ਦੁੱਧ ਨਾ ਪੀਣ ਕੁੜੀਆਂ, ਲੱਸੀ ਨਾ ਪੀਵਨ ਕੁੜੀਆਂ। ਪਿਕਨਿਕ ਮਨਾਵਣ ਮੁੰਡਿਆਂ ਨਾਲ ਮੇਰੀ ਜਾਂ ਤੌਬਾ ਤੌਬਾ। ਕਮਾਲ ਦੀ ਗੱਲ ਇਹ ਹੈ ਵੀ ਤੁਹਾਡੇ ਨਾਲੋਂ ਜਿਹੜੀ ਮੇਰੀ ਉਮਰ ਦੇ ਹੈ, ਸਾਡੇ ਨਾਲੋਂ ਸਰ ਨੂੰ ਵੱਧ ਪਤਾ ਵੀ ਕੁੜੀਆਂ ਕੀ ਪੀਂਦੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਬੱਚੇ। ਬਾਕੀ ਤੁਸੀਂ ਜਿੰਨੀ ਵੀ ਸੇਵਾ ਕੀਤੀ ਹੈ, ਸੇਵਾ ਨਿਭਾਈ ਹੈ, ਭਾਵੇਂ ਫੌਜ ਦੇ ਵਿੱਚ, ਭਾਵੇਂ ਹੁਣ ਨਿਭਾ ਰਹੇ ਹੋ, ਤੁਹਾਨੂੰ ਸਲਿਊਟ ਹੈ ਜੀ। ਤੁਹਾਨੂੰ ਵੀ ਸਰ ਜੀ ਥੈਂਕ ਯੂ ਵੈਰੀ ਮਚ। ਹਾਂਜੀ ਤੁਸੀਂ ਆਓ ਜੀ। ਹਾਂ ਤੁਹਾਨੂੰ ਕਹਿੰਦੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕੀ ਨਾਮ ਜੀ? ਹਰਪ੍ਰੀਤ। ਹਰਪ੍ਰੀਤ, ਕੀ ਪੜ੍ਹਾਉਂਦੇ ਹੋ ਜੀ? ਸਰ ਬਿਜ਼ਨਸ ਮੈਨੇਜਮੈਂਟ। ਬਿਜ਼ਨਸ ਮੈਨੇਜਮੈਂਟ? ਹਾਂਜੀ। ਕਿੰਨੇ ਚਿਰ ਤੋਂ ਪੜ੍ਹਾ ਰਹੇ ਹੋ ਜੀ ਇੱਥੇ? ਸਰ ਹੋ ਗਿਆ 6 ਮੰਥ, ਐਂਡ ਬਿਫੋਰ ਇਨ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ। ਕੋਈ ਪੰਜਾਬੀ ਆਉਣ ਦੀ ਤੁਸੀਂ? ਓਕੇ। ਹਾਂਜੀ ਹਾਂਜੀ, ਪਹਿਲਾਂ ਐਡਮਿਨ, ਉਸ ਤੋਂ ਬਾਅਦ ਹੁਣ ਫਰੈਸ਼ਰ, ਐਟ ਲੀਸਟ 2-3 ਮੰਥਸ ਹੋ ਗਏ ਕਲਾਸਿਸ ਲੈਂਦੇ। ਓਕੇ ਜੀ ਓਕੇ ਜੀ। ਤੁਸੀਂ ਪਹਿਲਾਂ ਹੀ ਸੋਚਿਆ ਸੀਗਾ ਵੀ ਟੀਚਿੰਗ ਵਾਲੀ ਲਾਈਨ 'ਚ ਜਾਣਾ? ਹਾਂਜੀ। ਬੋਲਦੇ ਨੇ ਵੀ ਉਹਨਾਂ ਕੀ ਬੋਲਾਂਗੇ ਜੇ ਅੱਗੋਂ ਕੋਈ ਗੱਲ ਨਾ ਫੜ। ਸੀਰੀਅਸਲੀ ਸੀਰੀਅਸਲੀ, ਵੀ ਆਲ ਆਰ ਬਿਗ ਫੈਨ ਆਫ ਯੂ, ਮਾਈ ਫੈਮਿਲੀ, ਐਂਡ ਮਤਲਬ ਜਿੰਨੇ ਵੀ ਕਰਦੇ ਸਾਰੇ ਤੁਹਾਡਾ ਸ਼ੋਅ ਦੇਖਦੇ ਆ, ਐਂਡ ਮੋਮ, ਡੈਡ, ਮੀ ਐਂਡ ਬ੍ਰਦਰ, ਐਂਡ ਮਾਈ ਛੋਟੀ ਸਿਸਟਰ ਜੋ ਆ ਬਹੁਤ ਵੱਡੀ ਫੈਨ ਆ ਤੁਹਾਡੀ, ਔਰ ਉਹ ਜਦੋਂ ਵੀ ਮਤਲਬ ਸ਼ੋਅ ਆਉਂਦਾ, ਐਂਡ ਇਹ ਕੱਲ੍ਹ ਪਰਸੋਂ ਦੀ ਗੱਲ ਆ ਤੁਹਾਡਾ ਸ਼ੋਅ ਚੱਲਦਾ ਪਿਆ ਸੀਗਾ, ਐਂਡ ਜਿਸ ਕਿ ਮੰਮੀ ਸਾਰਾ ਕੁਛ ਛੱਡੋ, ਦੇਖੋ ਰਵਨੀਤ ਦਾ ਮਤਲਬ ਚੱਲ ਰਿਹਾ। ਸਾਰਾ ਕੁਛ ਛੱਡ ਦਿਓ, ਡੈਡੀ ਨਾ ਛੱਡ ਦੇਣ।
ਸਾਰਾ ਕੁਝ ਡੈਡੀ ਨਾਲ ਬਾਕੀ ਜੋ ਮਰਜ਼ੀ ਛੱਡ ਦੋ ਜੀ ਥੈਂਕ ਯੂ ਸੋ ਮਚ ਜੀ ਆਣਾ ਇਹ ਤਾਂ ਚਲੋ ਮੈਂ ਮਜ਼ਾਕ ਕੀਤਾ ਪਰ ਤੁਹਾਡੇ ਸਾਰੀ ਫੈਮਿਲੀ ਦਾ ਬਹੁਤ ਸਾਰਾ ਥੈਂਕਸ ਤੇ ਪਿਓਰ ਰੂਟਸ ਵੱਲੋਂ ਤੁਹਾਨੂੰ ਗਿਫਟ ਥੈਂਕ ਯੂ ਥੈਂਕ ਯੂ ਆਓ ਜੀ ਆਓ ਤੁਸੀਂ ਆਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਸਪਨਾ ਸਪਨਾ ਜੀ ਹਾਂਜੀ ਓਕੇ ਓਕੇ ਡ੍ਰੀਮ ਹਾਂਜੀ ਡ੍ਰੀਮ ਤੁਹਾਡੇ ਸ਼ੌਂਕ ਜੀ ਸ਼ੌਂਕ ਪੈਸ਼ਨ ਮੇਰਾ ਡਾਂਸ ਹੈਗਾ ਓਕੇ ਜੀ ਉਸ ਤੋਂ ਬਾਅਦ ਥੋੜੀ ਬਹੁਤੀ ਐਕਟਿੰਗ ਥੋੜੀ ਬਹੁਤੀ ਐਕਟਿੰਗ ਐਕਟਿੰਗ ਕਰਕੇ ਦਿਖਾਓਗੇ ਕਿਦੀ ਦੱਸ ਤੁਸੀਂ ਪੜਾਉਣੇ ਵਿੱਚ ਹਾਂਜੀ ਤੁਹਾਡੇ ਤੋਂ ਪੜਾ ਮੈਂ ਇਹੜੇ ਵਾਲੇ ਕਾਲਜ ਨੂੰ ਲੈ ਕੇ ਚੱਲਣਾ ਜਾਂ ਦੇਸੀ ਦੇਸੀ ਕਾਲਜ ਕਿਹੜਾ ਜੀ ਦੇਸੀ ਮਤਲਬ ਪੰਜਾਬੀ ਟੀਚਰ ਵਾਂਗੂ ਹਾਂ ਹਾਂ ਪੰਜਾਬੀ ਟੀਚਰ ਬਣਿਆ ਬਣਿਆ ਕੋਈ ਚੱਕਰ ਨਹੀਂ ਇਹ ਨਹੀਂ ਸੋਚਣਾ ਤੁਸੀਂ ਰਵਨੀਤ ਆ ਤੁਸੀਂ ਫੜੀ ਰੋ ਕੈਚੀ ਬੋਲਣਾ ਤੁਸੀਂ ਠੀਕ ਹੈ ਹਾਂਜੀ ਹਾਂਜੀ ਆ ਕੀ ਹੈ ਸਤਿ ਸ੍ਰੀ ਅਕਾਲ ਕੀਤੀ ਹੈ ਜੀ ਆ ਵਾਲੀ ਕਿਹੜੀ ਹੁੰਦੀ ਹੈ ਇਹ ਉਹ ਹੁੰਦੀ ਹੈ ਜੀ ਘਰ ਦੇ ਕਹਿੰਦੇ ਸੀ ਜਦੋਂ ਮਾਸਟਰ ਟੱਕਰ ਕਰੇ ਜਾਂ ਮੈਡਮ ਟੱਕਰ ਕਰੇ ਸਤਿ ਸ੍ਰੀ ਅਕਾਲ ਬੁਲਾਉਣੀ ਹੈ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਨਹੀਂ ਦੋ ਅਕਸ਼ਰ ਕਹਿ ਦੇ ਚੰਗੀ ਤਰ੍ਹਾਂ ਇੰਨਾ ਸੋਹਣਾ ਸੁਰੱਖਾ ਮੁੰਡਾ ਜੇ ਕਹਿ ਦੇਗਾ ਤੇ ਕੀ ਜਾਏਗਾ ਤੇਰਾ ਮੈਡਮ ਪੜ੍ਹਨਾ ਹੈ ਜੀ ਇੱਥੇ ਮੈਂ ਪੜ੍ਹਾਵਾਂਗੀ ਕਾਕਾ ਚੰਗੀ ਤਰ੍ਹਾਂ ਪੜ੍ਹਾਵਾਂਗੀ ਕਹਿ ਅੱਗੇ 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 ਸਾਰੇ ਮੁੰਡੇ ਕਹਿੰਦੇ ਸੀਗੇ ਵੀ ਮੈਡਮ ਨੇ ਨੱਕ ਵਿੱਚ ਬਾਲੀ ਪਾਈ ਹੋਈ ਹੈ ਸਾਰੀ ਕਲਾਸ ਮਗਰ ਲਾਈ ਹੋਈ ਹੈ ਜੇ ਮੈਡਮ ਨੇ ਬਾਲੀ ਨਾ ਪਾਈ ਹੁੰਦੀ ਤੇ ਤੁਸੀਂ ਕਲਾਸ 'ਚ ਕਿੱਦਾਂ ਆਣਾ ਸੀ ਅਸੀਂ ਪੜ੍ਹਨ ਆਏ ਜੀ ਸਾਨੂੰ ਘਰ ਦੇ ਨੇ ਕਿਹਾ ਸੀ ਮੈਡਮ ਪੜ੍ਹਾਉਂਦੀ ਬਹੁਤ ਵਧੀਆ ਆਜੋ ਆਓ ਤੇ ਸੀ ਤੁਸੀਂ ਕਲਾਸ ਵਿੱਚ ਆਓ ਤੇ ਸੀ ਬਹਿ ਗਏ ਜੀ ਚਲੋ ਆਪਣਾ ਨਾਮ ਦੱਸੋ ਮੇਰਾ ਨਾਮ ਰਵਨੀਤ ਹੈ ਜੀ ਅੱਛਾ ਜੀ ਹੋਰ ਕਰੇ ਕੌਣ ਕੌਣ ਹੈ ਤੁਹਾਡੇ ਮੈਡਮ ਤੁਹਾਨੂੰ ਕਿਹਾ ਮੈਂ ਪੜ੍ਹਨ ਆਇਆ ਜੀ ਘਰ ਬਾਰੇ ਮੈਂ ਦੱਸੋ ਜੀ ਕਾਕਾ ਪਹਿਲੀ ਕਲਾਸ ਹੈ ਤੇਰੀ ਇੰਟਰੋਡਕਸ਼ਨ ਤੇ ਲਵਾਂਗੇ ਇੰਟਰੋਡਕਸ਼ਨ ਮੇਰੀ ਲਾਉਂਦੇ ਮੇਰੇ ਘਰ ਦੇ ਤਾਂ ਕਾਹਨੂੰ ਜਾਣੇ ਜੀ ਪਤਾ ਨਹੀਂ ਚਲੇ ਦੱਸੋ ਜੀ ਕੌਣ ਕੌਣ ਹੈ ਘਰੇ ਘਰੇ ਸਾਰੇ ਹੈ ਜੀ ਹਾਂਜੀ ਕੌਣ ਕੌਣ ਹੈਗਾ ਫੈਮਿਲੀ ਮੈਂਬਰ ਚ ਕੌਣ ਕੌਣ ਮੈਡਮ ਜੀ ਹੈਗੇ ਬਸ ਬੰਦੇ ਰੱਖੇ ਹੈਗੇ ਕਿਹੜੇ ਆ ਉਹ ਹੀ ਤਾਂ ਦੱਸ ਤੁਸੀਂ ਮੈਨੂੰ ਪੜਾਓ ਜੀ ਬਸ ਹਾਂ ਪਹਿਲੇ ਦੱਸ ਤੂੰ ਆਪਣੀ ਫੈਮਿਲੀ ਬਾਰੇ ਕੌਣ ਕੌਣ ਹੈਗਾ ਇਹ ਬੀਬੀ ਨਾ ਛੱਡੀ ਤੂੰ ਨਾਲ ਆਪਣੀ ਅੱਛਾ ਹੈ ਨਾਲ ਹੀ ਲੈ ਕੇ ਜਾਨੀ ਕਲਾਸ ਚ ਹਾਂਜੀ ਬਾਬਾ ਯਾਰ ਤੁਸੀਂ ਪੜਾਉਣ ਦਾ ਭੇਜਦਾ ਮੈਡਮ ਤਾਂ ਥੋੜੀਆਂ ਗੱਲਾਂ ਕਰੀ ਜਾਂਦੀ ਹੈ ਹੋਰ ਬਾਬਾ ਇਹ ਪੁੱਛੀ ਜਾਂਦੀ ਹੈ ਵੀ ਕੌਣ ਕੌਣ ਹੈ ਉਹ ਮੈਂ ਨਹੀਂ ਪੜਨਾ ਡੈਡੀ ਯਾਰ ਤੁਸੀਂ ਪੜ ਲਓ ਆ ਕੇ ਡੈਡੀ ਅੱਗੇ ਖੁਸ਼ ਹੋਈ ਜਾਂਦਾ ਮਨਾ ਮਨਾ ਸਰ ਕਾਕੇ ਦੀ ਐਡਮਿਸ਼ਨ ਨਾਨ ਅਟੈਂਡਿੰਗ ਚ ਕਰ ਦੋ ਇਹਨੂੰ ਬੁਲਾਉਣ ਦੀ ਲੋੜ ਨਹੀਂ ਹੈ ਥੈਂਕ ਯੂ ਸੋ ਮਚ ਜੀ ਵੀ ਗਾਣਾ ਸੁਣਾਓਗੇ ਜੀ ਚਲੋ ਜੇ ਗਾਣਾ ਹੜੀ ਜੈਮਨਪ੍ਰੀਤ ਮੈਮ ਸੁਣਾਉਂਗੇ ਬਹੁਤ ਵਧੀਆ ਸੁਣਾਉਂਦੇ ਕਿਹੜੇ ਮੈਡਮ ਜੈਮਨਪ੍ਰੀਤ ਹਾਂ ਜੈਮਨ ਮੈਮ ਪ੍ਰੀਤ ਤੋਂ ਸੁਣਦਾ ਜੀ ਆ ਲਓ ਜੀ ਪਿਓਰ ਰੂਟ ਸੁਣੋ ਤੁਹਾਨੂੰ ਗਿਫਟ ਐਂਪਰ ਗੋਡ ਬlesਸ ਯੂ ਬਾਬਾ ਜੀ ਤਰੱਕੀ ਦੇਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਜੀ ਅਰਪਨਾ ਅਰਪਨਾ ਹਾਂਜੀ ਓਕੇ ਕਿੱਥੋਂ ਬਿਲੋਂਗ ਕਰਦੇ ਹੋ ਸਰ ਮੈਂ ਬੇਸਿਕਲੀ ਚੰਡੀਗੜ੍ਹ ਦੀ ਹਾਂ ਅੱਛਾ ਜੀ ਬਟ ਮੈਰਿਡ ਹਾਂ ਅੱਛਾ ਕਦੇ ਐ ਹੋਇਆ ਵੀ ਤੁਸੀਂ ਜਿਵੇਂ ਆਪਣੇ ਸਰਦਾਰ ਸਾਹਿਬ ਨੂੰ ਕਹਿ ਕੇ ਗਏ ਹੋ ਵੀ ਮੈਂ ਚੱਲੀ ਆ ਪੇਕੇ ਹਾਂਜੀ ਤੁਸੀਂ ਗਏ ਹੋ ਮੈਂ ਸਿਰਫ 2 ਦਿਨ ਵਾਸਤੇ ਹਾਂਜੀ ਤੁਸੀਂ ਮੁੜ ਕੇ 5 ਦਿਨ ਮੁੜੋ ਹੀ ਨਾ ਅੱਛਾ ਇੱਧਰ ਸਰਦਾਰ ਸਾਹਿਬ ਤੋਂ ਔਖੇ ਹੋ ਗਏ ਹੋਣੇ ਆ ਵੀ ਆਉਂਦੀ ਕਿਉਂ ਨਹੀਂ ਪਿੱਛੋਂ ਔਖਾ ਵੀ ਹੋ ਜਾਂਦਾ ਜੀ ਬੰਦੇ ਦਾ ਹੋਇਆ ਕਦੇ ਹੈ ਨਹੀਂ ਸਰ ਕਦੇ ਨਹੀਂ ਹੋਇਆ ਅੱਛਾ ਇੱਥੇ ਖੜੇ ਆ ਕਿੱਥੇ ਖੜੇ ਨੇ ਜਦੋਂ ਵਿਆਹ ਹੋ ਜਾਏ ਬੰਦਾ ਮਗਰ ਹੀ ਹੁੰਦਾ ਜੀ ਫਿਰ ਖੁਸ਼ੀ ਹੈ ਹਾਂ ਜੀ ਖੁਸ਼ੀ ਹੈ ਠੀਕ ਹੋ ਕਿੱਦਾਂ ਲੱਗੀ ਨੇਚਰ ਇਹਨਾਂ ਦੀ ਠੀਕ ਹੈ ਵਧੀਆ ਪਹਿਲਾਂ ਤਾਂ ਵਧੀਆ ਚਾਹ ਸੀ ਵਿਆਹ ਦਾ ਉਹ ਤਾਂ ਸਾਰਿਆਂ ਨੂੰ ਹੁੰਦਾ ਪਹਿਲਾਂ ਹੁਣ ਬਸ ਹੋ ਗਿਆ ਹਾਂ ਠੀਕ ਹੈ ਚਲੋ ਖੜੋ ਆ ਲਓ ਜੀ ਆ ਲਓ ਪਿਓਰ ਰੂਟ ਸੁਣੋ ਤੁਹਾਡੇ ਲਈ ਨਹੀਂ ਹੈ ਜੀ ਪਿਓਰ ਰੂਟ ਸੁਣੋ ਤੁਹਾਨੂੰ ਗਿਫਟ ਐਂਪਰ ਬਾਬਾ ਜੀ ਤਰੱਕੀ ਦੇਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਜੈਮਨਪ੍ਰੀਤ ਕੌਰ ਹੈ ਅੱਛਾ ਤੁਹਾਡੀ ਸਿਫਤ ਹੋਈ ਸੀਗੀ ਵਧੀਆ ਕੌਣ ਹੋ ਹਾਂਜੀ ਥੈਂਕ ਯੂ ਚਲੋ ਸੁਣਾਓ ਜੀ ਮੈਡਮ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਵਾਵੀਂ ਵੇ ਹਾਏ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜਿੰਨਾ ਵੀ ਸ਼ੂਟ ਕੀਤਾ ਸਰ ਨੇ ਬਹੁਤ ਹੈਲਪ ਕੀਤੀ ਹੈ ਔਰ ਸਰ ਆਰਮੀ ਤੋਂ ਰਿਟਾਇਰ ਨੇ ਸਰ ਮਾਰੋ ਅੰਗਰੇਜ਼ੀ ਇੱਕ ਵਾਰ ਘੁਮਾ ਕੇ ਥੈਂਕ ਯੂ ਆਲ students girls good corporate I'm the detail of the Anand University corporate news MHG sir da roh bahut hai ji baki jinna roh hai us to ta di angrezi hai all faculty aur main inanu apna guru tarna jidda ni meri angrezi utha di sardi hai okay sir holi war ji tonu main ek sandesh dena chahnda all army person in the strong man After education, you join the Indian Army. Desh ki seva ke khatir, kisi ko to seena aage taarna padega. Kya? So, I'm proud of that. I'm match new. Thank you.
थैंक यू थैंक यू हाँ जी बाबा जी जीत जाते कई हार के भी ने जित जाते कई जित्ती बाजी गवा जाते कई वारदे ने जान सरहदा ते कई वारदे ने जान सरहदा ते कई पैसिया पिछे जान गवा जाते कई जितते मैडल दौड़ा विच कई जितते मैडल दौड़ा विच कई तुरनों भी रह जाते किसी मिलती चौपड़ी हर वेले कई रुखी मिस्सी खा के ही गुजारा कर लेंदे कई रेंदे कोठियां महलां च कई रेंदे कोठियां महलां च कई आंदे छतनी सिरी उत्ते कई सौंदे फुलां दी सेज उत्ते कई सड़कां ते ही सुते रह जाते रब करे सब नू सब दा सूरज एहो जिहा चढ़दा रहे इको जिहा चढ़दा रहे यही बस दुआ है सब थैंक यू सो मच जी प्योर रूट सुनो थोड़ा गिफ्ट टेंपर बहुत सोहना मैसेज बहुत सोहनी पोएम बाबा जी तरक्की देन धन्यवाद थोड़ा बहुत सारा शेरो शायरी गीत आज सोने नाराजगी नहीं सोने नाराजगी नहीं गल दिल दी जे इक कह दिया तोड़ मोड़ के जे सुटोंगे ता नहीं तोड़ मोड़ के ते सुटोंगे ता नहीं तो हटे गाल नू जे गानी ले दिया थैंक यू सो मच भाजी थैंक यू सो मच खड़ो जी खड़ो खड़ो सत श्री अकाल जी सत श्री अकाल किदा चौची सर जी बहुत वधिया जी पूरी है जी फैन फॉलोइंग है जी वो बस प्यार है जी अच्छा, प्यार जिन्ना प्यार बंडोगे उतना मिलेगा प्यार बहुत ना बंडो जी मैं मैरिड हूं जी हां जी जी ता ही कहना जी नहीं नहीं मैडम ने कर कमीज कपड़े प्रेस करके भेजिया आज अच्छा ते मेरे मैडम बबीता शर्मा ली मैं गीत भी गावांगा एक उनाले गाओगे हुन ब्याह हो गया की नाम है जी उनका उना ना बबीता शर्मा जी बबीता शर्मा जी हां जी आण दो फिर ओ जिवें चन्न ते चकोर जिवें गड़वा ते मोर जिवें हुंदा परदेसी नु गरां जो भाई भरजाई दे घरे गए कहने मुंडे नू की आंदा इन्होंने 15 दा पहाड़ा सुनाया अगो इन्होंने 16 साल कहने कुड़ी इधर ही व्याहनी है चलो कुछ ना कुछ करना ही पड़ता है करना ही पड़ता है अलग अलग चीज है जी नाले थैंक यू सो मच थैंक यू सो मच जोशी सर जी सत श्री अकाल जी सत श्री अकाल किदा जी ठीक है जी की नाम है थोड़ा रजिंदर मनहास ए ब्याह करा लेना चाहिए कि नहीं ब्याह रोटी मिल जाती पक्की पकाई करना चाहिए होर की है जिम्मेदारी मिलती और जिम्मेदारी माइनस पॉइंट की है ब्याह दे गालां बहुत पैंदियां मिसेस किन्ने चिर बाद गालां पैंदियां डेढ़ साल बाद फिर तो कोई चक्कर नहीं जो ब्याहना सीगा ਤੁਸੀਂ ਇਹ ਸੋਚਿਆ ਨਹੀਂ ਵੀ ਯਾਰ ਇਹ ਫੌਜੀ ਸਕੂਲ 'ਚ ਪੜ੍ਹੀ ਹੈ ਕੱਲ੍ਹ ਨੂੰ ਆਪਣੇ ਡਰ ਨਹੀਂ ਲੱਗਿਆ ਤਾਂ ਨਹੀਂ ਮੈਂ ਇਹੀ ਸੋਚ ਕੇ ਗਿਆ ਮੈਂ ਕਿਹਾ ਕੇਵੀ ਦੀ ਪੜ੍ਹੀ ਹੋਈ ਹੈ ਚੰਗੀ ਹੋਏਗੀ ਅੱਛਾ ਕੇਵੀ ਦੀ ਪੜ੍ਹੀ ਹੈ ਚੰਗੀ ਹੋਏਗੀ ਹਾਂਜੀ ਪਰ ਸਰ ਚੇਤਰ ਕੇ ਪ੍ਰੋਗਰਾਮ ਉਹਨੇ ਵੇਖਣਾ ਹੈ ਪ੍ਰੋਗਰਾਮ ਉਹਦੇ ਨਹੀਂ ਹੋਈ ਹੈ ਜੀ ਉਹਨੇ ਵੇਖਣਾ ਸਰ ਪੰਗਾ ਫਿਰ ਪੈਣਾ ਹੈ ਚਲੋ ਬਹੁਤ ਵਧੀਆ ਹਾਸੇ ਮਜ਼ਾਕ ਇੱਕ ਪਾਸੇ ਗੋਡ ਬਲੈਸ ਯੂ ਬਹੁਤ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਾਡਾ ਯੂਥ ਬਹੁਤ ਜੁੜਿਆ ਜੀ ਇਸ ਪ੍ਰੋਗਰਾਮ ਦੇ ਨਾਲ ਵੱਡੇ ਵੀ ਜੁੜੇ ਹੋਏ ਨੇ ਯੂਥ ਨੂੰ ਕੀ ਮੈਸੇਜ ਦੋਗੇ ਜੀ ਅੱਜ ਦੇ ਯੂਥ ਨੂੰ ਤੁਹਾਡੇ ਵੱਲੋਂ ਯਹੀ ਹੈ ਕਿ ਅਨਇੰਪਲੋਇਮੈਂਟ ਨਹੀਂ ਹੈ ਹਿੰਦੁਸਤਾਨ ਮੇਂ ਹਮ ਜੋ ਕਹਤੇ ਹੈ ਬਿਲਕੁਲ ਦਿੱਕਤ ਤੋਂ ਸਕਿੱਲਸ ਕੀ ਹੈ ਸਕਿੱਲ ਦੀ ਲੋਕ ਸਕਿੱਲਫੁਲ ਨਹੀਂ ਹੈ ਇਸ ਲਈ ਅਨਇੰਪਲੋਇਮੈਂਟ ਹੈ ਜਿਸ ਕੇ ਪਾਸ ਸਕਿੱਲਸ ਹੈ ਉਸ ਕੋ ਇੰਪਲੋਇਮੈਂਟ ਕੀ ਕੋਈ ਕਮੀ ਨਹੀਂ ਥੈਂਕ ਯੂ ਸੋ ਮਚ ਜੀ ਵਧੀਆ ਲੱਗਿਆ ਸਰ ਗੱਲ ਕਰਕੇ ਥੈਂਕ ਯੂ ਸੋ ਮਚ ਲਓ ਜੀ ਤੁਹਾਨੂੰ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਚਾਰ ਗੱਭਰੂਆਂ ਦਾ ਭੰਗੜਾ ਸਵਰਨੀ ਯੂਨੀਵਰਸਿਟੀ ਦੇ ਉਹ ਗੱਭਰੂ ਜਿਹੜੇ ਤੁਹਾਨੂੰ ਕਰਕੇ ਦਿਖਾਉਣਗੇ ਜੀ ਭੰਗੜਾ ਆ ਜਾਓ ਵੀ ਗੱਭਰੂ ਅਗਲੇ ਹਫ਼ਤੇ ਨਵੇਂ ਕਾਲਜ ਦੇ ਵਿੱਚ ਰੌਣਕਾਂ ਲੱਗਣਗੀਆਂ ਰਵਨੀਤ ਵੱਲੋਂ ਬਾਏ ਬਾਏ ਜੀ ਗੋਡ ਬਲੈਸ